ਆਪ ਉਹਦੀ 6 ਆਇਤ ਨੂੰ ਅਸੀਂ ਪੜਾਂਗੇ। ਹੋਸ਼ੂਆ ਦੀ ਕਿਤਾਬ ਪੁਰਾਣਾ ਨਿਯਮ ਛੋਟੀ ਕਿਤਾਬ ਆ, ਦਾਨੀਅਲ ਤੋਂ ਬਾਅਦ ਚੋਂ, ਦਾਨੀਅਲ ਦੀ ਕਿਤਾਬ ਸਾਰਿਆਂ ਨੂੰ ਪਤਾ ਹੋਵੇਗੀ, ਦਾਨੀਅਲ ਦੀ ਕਿਤਾਬ ਤੋਂ ਬਾਅਦ ਚੋਂ। ਜਿਹੜੇ ਬਾਈਬਲ ਨਹੀਂ ਲੈ ਕੇ ਆਉਂਦੇ ਉਹ ਬਾਈਬਲ ਲੈ ਕੇ ਆਓ ਤੁਸੀਂ, 4:6 ਹੈ ਤੁਸੀਂ ਪੜਾਂਗੇ। ਮੇਰੀ ਪ੍ਰਜਾ ਗਿਆਨ ਬਹੁਣੀ ਨਾਸ ਹੁੰਦੀ ਹੈ, ਮੇਰੀ ਪ੍ਰਜਾ ਮੇਰੇ ਲੋਕ ਗਿਆਨ ਨਾ ਹੋਣ ਦੇ ਕਰਕੇ ਉਹ ਕੀ ਹੁੰਦੇ ਆ, ਨਾਸ਼ ਹੁੰਦੇ ਆ। ਗਿਆਨ ਨਾ ਹੋਣ ਦੇ ਕਾਰਨ, ਨੌਲੇਜ ਵਿਸਡਮ ਬੁੱਧੀ ਅਕਲ ਸਮਝ ਨਾ ਹੋਣ ਦੀ ਵਜ੍ਹਾ ਦੇ ਕਰਕੇ ਬਾਈਬਲ ਕਹਿੰਦੀ ਮੇਰੇ ਲੋਕ ਕੀ ਹੋ ਰਹੇ ਆ, ਨਾਸ਼ ਹੋ ਰਿਹਾ। ਹੁਣ ਇਹਦਾ ਮਤਲਬ ਕੀ ਦੇਖੀਏ, ਮਤਲਬ ਜੇ ਸਾਨੂੰ ਗਿਆਨ ਹੋਵੇ, ਜੇ ਸਾਨੂੰ ਵਿਸਡਮ ਹੋਵੇ, ਜੇ ਬੁੱਧ ਹੋਵੇ, ਅਕਲ ਹੋਵੇ, ਤੇ ਇਹਦਾ ਮਤਲਬ ਅਸੀਂ ਨਾਸ਼ ਨਹੀਂ ਹੋਵਾਂਗੇ। ਜੋ ਬਾਈਬਲ ਕਹਿ ਰਹੀ ਹੈ, ਗਿਆਨ ਨਹੀਂ ਆ, ਅਕਲ ਨਹੀਂ ਆ, ਬੁੱਧ ਨਹੀਂ ਹੈ, ਜਿਸ ਵਜ੍ਹਾ ਦੇ ਕਰਕੇ ਬਾਈਬਲ ਕਹਿ ਰਹੀ ਆ ਮੇਰੀ ਪ੍ਰਜਾ ਕੀ ਹੋ ਰਹੀ ਆ, ਨਾਸ਼ ਹੋ ਰਹੀ ਹੈ। ਅਸੀਂ ਇਸ ਗੱਲ ਨੂੰ ਜ਼ਰੂਰ ਕਹਿੰਦੇ ਹਾਂ ਸ਼ੈਤਾਨ ਮੇਰਾ ਵਿਰੋਧੀ ਆ, ਦੁਸ਼ਮਣ ਆ, ਬਾਕੀ ਸਭ ਤੋਂ ਵੱਡੇ ਦੁਸ਼ਮਣ ਤੁਸੀਂ ਆਪ ਜੇਕਰ ਤੁਹਾਨੂੰ ਗਿਆਨ ਨਹੀਂ ਹੈ, ਜੇਕਰ ਤੁਹਾਨੂੰ ਬੁੱਧ ਨਹੀਂ ਹੈ, ਜੇਕਰ ਤੁਹਾਨੂੰ ਅਕਲ ਨਹੀਂ ਹੈ। ਇਸ ਲਈ ਤਾਂ ਬਾਈਬਲ ਦੇ ਵਿੱਚ ਇੱਕ ਸੁੰਦਰ ਵਚਨ ਲਿਖਿਆ ਹੋਇਆ, ਕਹਿੰਦਾ ਜਿਹਨੂੰ ਸਮਝ ਦੀ ਘਾਟ ਆ, ਜਿਹਨੂੰ ਕੀ ਆ, ਉੱਚੀ ਬਾਣੀ ਬੋਲੋ, ਜਿਹਨੂੰ ਕੀ ਆ, ਸਮਝ ਦੀ ਘਾਟ ਆ, ਜਿਹਨੂੰ ਬੁੱਧ ਦੀ ਘਾਟ ਆ, ਜਿਹਨੂੰ ਅਕਲ ਦੀ ਘਾਟ ਆ, ਉਹ ਕੀ ਕਰੇ, ਮੇਰੇ ਕੋਲ ਕੀ ਕਰੇ, ਮੇਰੇ ਕੋਲ ਕੀ ਕਰੇ, ਮੰਗੇ ਤੇ ਮੈਂ ਉਹਨੂੰ ਕੀ ਕਰਾਂਗਾ, ਬੋਲੋ ਮੈਂ ਉਹਨੂੰ ਕੀ ਕਰਾਂਗਾ, ਦਵਾਂਗਾ। ਇਸ ਲਈ ਸਾਨੂੰ ਗਿਆਨ ਹੋਣਾ, ਸਮਝ ਹੋਣਾ, ਅਕਲ ਹੋਣਾ, ਵਿਸਡਮ ਹੋਣਾ, ਉਹ ਬਹੁਤ ਜ਼ਿਆਦਾ ਕੀ ਆ, ਜ਼ਰੂਰੀ ਆ। ਇਸ ਲਈ ਆਪਣੀ ਅੱਖਾਂ ਬੰਦ ਕਰੋ, ਆਪਣੇ ਹੱਥ ਉਠਾਓ, ਖੁਦਾ ਤੂੰ ਮੈਨੂੰ ਅੱਜ ਵਿਸਡਮ ਦੇ, ਆਪਣੀ ਬੁੱਧ ਦੇ, ਮੈਨੂੰ ਆਪਣੀ ਬੁੱਧ ਦੇ, ਮੈਨੂੰ ਆਪਣੀ ਅਕਲ ਦੇ। ਕਰੋ ਪ੍ਰੇਰ ਕਰੋ, ਤੁਸੀਂ ਪ੍ਰੇਰ ਕਰੋ, ਸਿਰਫ ਅਕਲ ਮੰਗੋ ਖੁਦਾ ਦੇ ਕੋਲੋਂ, ਬੁੱਧ ਮੰਗੋ ਖੁਦਾ ਦੇ ਕੋਲੋਂ। ਬੋਲੋ ਆਵਾਜ਼ ਨਹੀਂ ਆ ਰਹੀ, ਜੇ ਮੇਰੇ ਤੱਕ ਨਹੀਂ ਆਵਾਜ਼ ਆ ਰਹੀ, ਖੁਦਾ ਤੱਕ ਕਿੱਥੇ ਆਵਾਜ਼ ਆ ਰਹੀ ਆ, ਆਵਾਜ਼ ਉੱਚੀ ਕਰਕੇ ਕਹੋ, ਖੁਦਾ ਤੂੰ ਮੈਨੂੰ ਸਮਝ ਦੇ, ਸਮਝ ਦੇ, ਸਮਝ ਦੇ, ਮੈਨੂੰ ਸਮਝ ਦੇ, ਤਾਂ ਜੋ ਤੇਰੇ ਲੋਕ ਨਾਸ਼ ਨਾ ਹੋਣ, ਤਾਂ ਜੋ ਤੇਰੇ ਲੋਕ ਨਾਸ਼ ਨਾ ਹੋਣ, ਤੇਰੇ ਲੋਕ ਤਬਾਹ ਨਾ ਹੋਣ। ਅੱਜ ਤੂੰ ਮੈਨੂੰ ਸਮਝ ਦੇ, ਜਿਹੜੀ ਸੁਲੇਮਾਨ ਨੂੰ ਸਮਝ ਦਿੱਤੀ ਸੀ, ਅੱਜ ਬੁੱਧ ਦੇ, ਜਿਹੜੀ ਤੂੰ ਸੁਲੇਮਾਨ ਨੂੰ ਬੁੱਧ ਦਿੱਤੀ ਸੀ, ਅੱਜ ਅਕਲ ਦੇ, ਜਿਹੜੀ ਤੂੰ ਅੱਜ ਸੁਲੇਮਾਨ ਨੂੰ ਅਕਲ ਦਿੱਤੀ ਸੀ, ਅੱਜ ਉਹ ਸਮਝ ਹੋਈ, ਗਿਆਨ ਹੋਈ, ਬੁੱਧ ਜਿਹੜੀ ਮੈਨੂੰ ਮਿਲੇ, ਆਪਣੇ ਹੱਥਾਂ ਨਾਲ ਪ੍ਰੇਰ ਕਰੋ, ਸਮਝ 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 ਸਮਝ, ਗਿਆਨ 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 ਲਓ ਖੁਦਾ ਦੇ ਕੋਲੋਂ, ਗਿਆਨ ਲਓ, ਗਿਆਨ ਲਓ, ਗਿਆਨ ਲਓ, ਗਿਆਨ ਲਓ, ਹੱਥਾਂ ਨਾਲ ਲਾ ਕੇ ਪ੍ਰਾਰਥਨਾ ਕਰੋ। ਜੇਕਰ ਜਿਹੜੇ ਜਿਹਨੂੰ ਸਮਝ ਲੈਣਾ ਚਾਹੁੰਦਾ ਉਹ ਖੁਦਾ ਦੇ ਕੋਲ ਮੰਗੇ, ਜਿਹਨੂੰ ਜਿਹਨੂੰ ਸਮਝ ਦੀ ਲੋੜ ਆ, ਜਿਹਨੂੰ ਬੁੱਧ ਦੀ ਘਾਟ ਆ, ਅੱਜ ਬੇਹਿਸਕੀ ਖੁਦਾ ਨੂੰ ਕਹੋ, ਖੁਦਾ ਤੂੰ ਮੈਨੂੰ ਸਮਝ ਦੇ ਦੇ, ਬੇਹਿਸਕ ਕਹੋ, ਖੁਦਾ ਤੂੰ ਮੈਨੂੰ ਅਕਲ ਦੇ, ਖੁਦਾ ਮੈਨੂੰ ਬੁੱਧ ਦੇ, ਖੁਦਾ ਤੁਹਾਡੀ ਬੁੱਧ ਨੂੰ ਖੋਲੇ, ਖੁਦਾ ਤੁਹਾਡੀ ਸਮਝ ਨੂੰ ਖੋਲੇ, ਖੁਦਾ ਤੁਹਾਡੀ ਵਿਸਤਮ ਨੂੰ ਦੇਵੇ, ਖੁਦਾ ਤੁਹਾਡੀ ਵਿਸਤਮ ਵਧੇ, ਤੁਹਾਡੀ ਅਕਲ ਸਮਝ ਵਧੇ, ਤੁਹਾਡਾ ਗਿਆਨ ਵਧੇ, ਯਿਸੂ ਮਸੀਹ ਦੇ ਨਾਮ ਦੇ ਵਿੱਚ ਤੁਹਾਡਾ ਗਿਆਨ ਵਧੇ, ਤੁਹਾਡਾ ਗਿਆਨ ਵਧੇ, ਤੁਹਾਡੀ ਬੁੱਧ ਵਧੇ, ਤੁਹਾਡੀ ਅਕਲ ਵਧੇ, ਤੁਹਾਡੀ ਸਮਝ ਵੱਧ ਜਾਏ ਯਿਸੂ ਮਸੀਹ ਦੇ ਨਾਮ ਦੇ ਵਿੱਚ। ਹਾਲੇਲੂਯਾ, ਹਾਲੇਲੂਯਾ, ਸਭਨੀ ਹਾਲੇਲੂਯਾ, ਸਭਨ ਹਾਲੇਲੂਯਾ। ਸੁਣਿਆ ਬਾਈਬਲ ਦੇ ਵਿੱਚੋਂ, ਗਿਆਨ ਮੈਨੂੰ ਮੇਰੀ ਪਰਜਾ ਕੀ ਹੁੰਦੀ ਆ, ਸ਼ੈਤਾਨ ਦੇ ਦੁਆਰਾ ਨਾਸ਼ ਨਹੀਂ ਹੁੰਦਾ, ਦੁਸ਼ਮਣ ਦੇ ਦੁਆਰਾ ਨਾਸ਼ ਨਹੀਂ, ਅੰਧਕਾਰ ਦੀਆਂ ਸ਼ਕਤੀਆਂ ਦੇ ਦੁਆਰਾ ਨਾਸ਼ ਨਹੀਂ, ਬਲਕਿ ਗਿਆਨ ਨਾ ਹੁੰਦੇ ਕਰਕੇ, ਵਿਸਡਮ ਨਾ ਹੁੰਦੇ ਕਰਕੇ, ਅਕਲ ਨਾ ਹੁੰਦੇ ਕਰਕੇ, ਸਮਝ ਨਾ ਹੁੰਦੇ ਕਰਕੇ, ਅੱਜ ਅਸੀਂ ਕੀ ਹੋ ਰਹੇ ਆ, ਦੁਨੀਆਂ ਕੀ ਹੋ ਰਹੀ ਆ, ਉਹ ਨਾਸ਼ ਹੋ ਰਹੀ ਆ।
ਉਹ ਕੀ ਹੋ ਰਹੀ ਆ ਤੇ ਆਪੀ ਇੱਕ ਗੱਲ ਤੁਸੀਂ ਕਹੋਗੇ ਮੈਂ ਪ੍ਰੇਅਰ ਕਰਦਾ ਆ ਮੈਂ ਬਾਈਬਲ ਪੜ੍ਹਦਾ ਆ ਮੈਂ ਵਰਤ ਰੱਖਦਾ ਆ ਮੈਂ ਸੰਗਤੀ ਕਰਦਾ ਆ ਮੈਂ ਸੇਵਾ ਕਰਦਾ ਆ ਫਿਰ ਬਿਮਾਰੀ ਕਿਉਂ ਨਹੀਂ ਜਾਂਦੀ ਫਿਰ ਦੁੱਖ ਕਿਉਂ ਨਹੀਂ ਜਾਂਦਾ ਫਿਰ ਤਕਲੀਫ ਕਿਉਂ ਨਹੀਂ ਜਾਂਦੀ ਫਿਰ ਸਮੱਸਿਆਵਾਂ ਕਿਉਂ ਨਹੀਂ ਜਾਂਦੇ ਕਿਉਂਕਿ ਗਿਆਨ ਨਹੀਂ ਆ ਪ੍ਰੇਮ ਤਾਂ ਹੈ ਪਰ ਗਿਆਨ ਨਹੀਂ ਹੈ ਬਾਈਬਲ ਤਾਂ ਹੈ ਪਰ ਗਿਆਨ ਨਹੀਂ ਹੈ ਵਰਤ ਤੇ ਹੈ ਪਰ ਸਮਝ ਨਹੀਂ ਹੈ ਇਸ ਲਈ ਬਾਈਬਲ ਦੇ ਇੱਕ ਵਚਨ ਆ ਸਮਝ ਦੇ ਨਾਲ ਘਰ ਜਿਹੜਾ ਸਥਿਰ ਰਹਿੰਦਾ ਆ ਬੁੱਧ ਦੇ ਨਾਲ ਘਰ ਬਣਦਾ ਆ ਪਰ ਸਮਝ ਦੇ ਨਾਲ ਕੀ ਰਹਿੰਦਾ ਆ ਸਥਿਰ ਰਹਿੰਦਾ ਆ ਘਰ ਜਿਹੜਾ ਬਣਿਆ ਰਹਿੰਦਾ ਉਹਦੀਆਂ ਦੀਵਾਰਾਂ ਜਿਹੜੀਆਂ ਮਜ਼ਬੂਤ ਰਹਿੰਦੀਆਂ ਉਹਦੀਆਂ ਨੀਹਾਂ ਜਿਹੜੀਆਂ ਮਜ਼ਬੂਤ ਰਹਿੰਦੀਆਂ ਇਸੇ ਤਰ੍ਹਾਂ ਦੇ ਨਾਲ ਇੱਕ ਵਿਸ਼ਵਾਸੀ ਦੇ ਕੋਲ ਜੇ ਪ੍ਰੇਅਰ ਆ ਇੱਕ ਵਿਸ਼ਵਾਸੀ ਦੇ ਕੋਲ ਜੇ ਇੱਕ ਵਿਸ਼ਵਾਸੀ ਦੇ ਕੋਲ ਵਰਤ ਵੀ ਰੱਖਦਾ ਇੱਕ ਵਿਸ਼ਵਾਸੀ ਤਿੰਨ ਟਾਈਮ ਬਾਈਬਲ ਵੀ ਪੜ੍ਹਦਾ ਆ ਉਹਦੇ ਨਾਲ ਨਾਲ ਉਹਨੂੰ ਗਿਆਨ ਹੋਣਾ ਵਿਸਤਮ ਹੋਣਾ ਸਮਝ ਹੋਣਾ ਜਿਹੜਾ ਆ ਉਹ ਵੀ ਬਹੁਤ ਜ਼ਿਆਦਾ ਕੀ ਆ ਜ਼ਰੂਰੀ ਆ ਜੇ ਸਿਰਫ ਤੁਸੀਂ ਪ੍ਰੇਅਰ ਦੇ ਉੱਤੇ ਫੋਕਸ ਕਰਦੇ ਜੇ ਸਿਰਫ ਤੁਸੀਂ ਪ੍ਰੇਅਰ ਕਰੀ ਜਾ ਰਹੇ ਪ੍ਰੇਅਰ ਕਰਦੇ ਜੇ ਪ੍ਰੇਅਰ ਕਰਦੇ ਜੇ ਅਕਲ ਹੈ ਹੀ ਨਹੀਂ ਆ ਬੁੱਧ ਹੈ ਹੀ ਨਹੀਂ ਆ ਸਮਝ ਹੈ ਹੀ ਨਹੀਂ ਆ ਉੱਥੇ ਪ੍ਰੇਅਰ ਵੀ ਕੰਮ ਨਹੀਂ ਕਰੇਗੀ ਕਿੰਨਾ ਨੂੰ ਗੱਲ ਸਮਝ ਵਿੱਚ ਆ ਰਹੀ ਆ ਪ੍ਰੇਅਰ ਕਰਦੇ ਜੇ ਤੁਸੀਂ ਪ੍ਰੇਅਰ ਦੇ ਵਿੱਚ ਕੋਈ ਕਮੀ ਨਹੀਂ ਆ ਪ੍ਰੇਅਰ ਵਿੱਚ ਕੋਈ ਕੋਈ ਕੁਛ ਨਹੀਂ ਆ ਜਿੰਨੀ ਕਰਨੀ ਚਾਹੀਦੀ ਤੁਸੀਂ ਕਰ ਰਹੇ ਜਬਕਿ ਉਹ ਤੋਂ ਵੱਧ ਕਰ ਰਹੇ ਜੇ ਪਰ ਪ੍ਰੇਅਰ ਤਾਂ ਹੋ ਰਹੀ ਆ ਗਿਆਨ ਜਿਹੜਾ ਹੋਣਾ ਚਾਹੀਦਾ ਉਹ ਗਿਆਨ ਨਹੀਂ ਆ ਰਿਹਾ ਬੜੇ ਚਾਵਾਂ ਦੇ ਨਾਲ ਵਰਤ ਰੱਖ ਲਿਆ ਜਾਂ ਸ਼ਨੀਵਾਰ ਆ ਅੱਜ ਮੈਂ ਕੀ ਰੱਖਣਾ ਵਰਤ ਰੱਖਾਂਗਾ ਵਰਤ ਤੇ ਰੱਖ ਲਿਆ ਪਰ ਉਹ ਗਿਆਨ ਦਾ ਇਸਤੇਮਾਲ ਨਹੀਂ ਕੀਤਾ ਉਹ ਸਮਝ ਦਾ ਇਸਤੇਮਾਲ ਨਹੀਂ ਕੀਤਾ ਉਹ ਬੁੱਧ ਦਾ ਇਸਤੇਮਾਲ ਨਹੀਂ ਕੀਤਾ ਜਿਸ ਵਜ੍ਹਾ ਦੇ ਕਰਕੇ ਵਰਤ ਜਿਹੜਾ ਉਹ ਵੀ ਤੇਰਾ ਕੁਛ ਨਹੀਂ ਕੀਤਾ ਤੂੰ ਬਾਈਬਲ ਤਾਂ ਪੜ੍ਹਦਾ ਆ ਤੂੰ ਬਾਈਬਲ ਤਿੰਨ ਟਾਈਮ ਪੜ੍ਹਦਾ ਆ ਤੂੰ ਬਾਈਬਲ ਦੋ ਟਾਈਮ ਪੜ੍ਹਦਾ ਆ ਤੂੰ ਬਾਈਬਲ ਇੱਕ ਟਾਈਮ ਪੜ੍ਹਦਾ ਆ ਪੜ੍ਹਦਾ ਤੇ ਤੂੰ ਹੈ ਆ ਪਰ ਉਹਦੇ ਵਿੱਚ ਜੋ ਲਿਖਿਆ ਆ ਉਹਦੇ ਵਿੱਚ ਜੋ ਤੈਨੂੰ ਦੱਸਿਆ ਜਾ ਰਿਹਾ ਆ ਉਹ ਸਮਝਦਾ ਤੂੰ ਇਸਤੇਮਾਲ ਨਹੀਂ ਤੂੰ ਕਰਦਾ ਬੋਲੋ ਹਾਲੇਲੂਇਆ ਉੱਚੀ ਬਾਜਾ ਬੋਲੋ ਹਾਲੇਲੂਇਆ ਇਸ ਲਈ ਪ੍ਰੇਅਰ ਠੀਕ ਆ ਫਾਸਟਿੰਗ ਠੀਕ ਆ ਬਾਈਬਲ ਠੀਕ ਆ ਸੰਗਤੀ ਠੀਕ ਆ ਸੇਵਾ ਠੀਕ ਆ ਪਰ ਗਿਆਨ ਹੋਣਾ ਸਮਝ ਹੋਣਾ ਅਕਲ ਹੋਣਾ ਬੁੱਧ ਹੋਣਾ ਜਿਹੜਾ ਆ ਉਹ ਵੀ ਬਹੁਤ ਜ਼ਿਆਦਾ ਕੀ ਆ ਜ਼ਰੂਰੀ ਆ ਬੋਲੋ ਹਾਲੇਲੂਇਆ ਕਈ ਤੁਸੀਂ ਕਈ ਵਾਰ ਆਪਣੇ ਮੂੰਹ ਦੇ ਵਿੱਚ ਇੱਕ ਗੱਲ ਕਹੀ ਹੋਵੇਗੀ ਇਹ ਪੜ੍ਹਿਆ ਲਿਖਿਆ ਮੂਰਖ ਆ ਇਹ ਕੀ ਆ ਇਹ ਪੜ੍ਹਿਆ ਲਿਖਿਆ ਮੂਰਖ ਦਾ ਮਤਲਬ ਕੀ ਆ ਪੜ੍ਹਿਆ ਲਿਖਿਆ ਮੂਰਖ ਦਾ ਮਤਲਬ ਕੀ ਆ ਸਾਡੀ ਪੇੜ ਦੀ ਕੋਈ ਕਮੀ ਨਹੀਂ ਆ ਸਾਡੀ ਪੇੜ ਦੀ ਪੀਏ ਦਾ ਕੀ ਆ ਐਮਏ ਦਾ ਕੀ ਆ ਪਰ ਹੇਡੇ ਮੈਂ ਫੇਰ ਕੀ ਕਿਦਾਂ ਮੈਂ ਤਾਂ ਤੂੰ ਸਰਟੀਫਿਕੇਟ ਦੀ ਕੋਈ ਘਾਟ ਨਹੀਂ ਆ ਤੁਹਾਡੀ ਪ੍ਰੇਅਰ ਠੀਕ ਆ ਇੱਕ ਦਿਨ ਚ ਤੁਸੀਂ ਤਿੰਨ ਟਾਈਮ ਕੀ ਕਰਦੇ ਜੇ ਬੋਲੋ ਪ੍ਰੇਅਰ ਕਰਦੇ ਜੇ ਪ੍ਰੇਅਰ ਦੀ ਨੀ ਕੋਈ ਕਮੀ ਤੁਸੀਂ ਬਾਈਬਲ ਪੜ੍ਹਦੇ ਜੇ ਬਾਈਬਲ ਦੀ ਨੀ ਕੋਈ ਕਮੀ ਪਰ ਗਿਆਨ ਨਹੀਂ ਆ ਸਮਝ ਨਹੀਂ ਹੈ ਵਜ੍ਹਾ ਦੇ ਕਰਕੇ ਤੁਸੀਂ ਇਸ ਵਜ੍ਹਾ ਦੇ ਕਰਕੇ ਮੇਰੀ ਪਰਜਾ ਬਾਈਬਲ ਦੇ ਵਿੱਚ ਲਿਖੀ ਆ ਉਹ ਕੀ ਹੋ ਰਹੀ ਆ ਨਾਸ਼ ਹੋ ਰਹੀ ਆ ਇਸ ਲਈ ਜਿੰਨੀ ਤੁਸੀਂ ਪ੍ਰੇਅਰ ਕਰਦੇ ਜੇ ਉਹਨਾਂ ਤੁਹਾਨੂੰ ਖੁਦਾ ਵਿਸਡਮ ਵੀ ਦਿੰਦਾ ਬੁੱਧ ਵੀ ਦਿੰਦਾ ਜੇ ਤੁਸੀਂ ਇੱਕ ਘੰਟਾ ਪ੍ਰੇਅਰ ਕਰਦੇ ਜੇ ਇੱਕ ਘੰਟੇ ਦੀ ਪ੍ਰੇਅਰ ਦੇ ਵਿੱਚ ਕਰਿਆ ਕਰੋ ਸਿਰਫ ਖੁਦਾ ਤੂੰ ਮੈਨੂੰ ਆਪਣੀ ਸਮਝ ਦੇ ਤੂੰ ਮੈਨੂੰ ਆਪਣੀ ਅਕਲ ਦੇ ਆਪਣੀ ਕੀ ਦੇ ਬੁੱਧੀ ਦੇ ਬੁਲਾ ਲੈ ਲੋ ਆ ਕੀ ਪ੍ਰੇਅਰ ਕਰਨੀ ਆ ਬੋਲੋ ਸਮਝ ਤੇ ਬੁੱਧੀ ਦੇ ਲਈ ਕੀ ਕਰਨੀ ਆ ਪ੍ਰੇਅਰ ਕਰਨੀ ਆ ਬਾਈਬਲ ਦੇ ਵਿੱਚ ਤੁਹਾਨੂੰ ਮੈਂ ਦੱਸਦਾ ਆ ਬਾਈਬਲ ਦੇ ਵਿੱਚ ਲਿਖਿਆ ਜਦੋਂ ਸ਼ੁਰੂਆਤ ਦੀਆਂ ਕਿਤਾਬਾਂ ਅਸੀਂ ਪੜ੍ਹਦੇ ਹਾਂ ਬਾਈਬਲ ਦੇ ਵਿੱਚ ਲਿਖਿਆ ਖੁਦਾ ਨੇ ਇੱਕ ਵਚਨ ਬੋਲਿਆ ਗਿਆ ਸਿੰਪਲ ਜਿਹਾ ਵਚਨ ਹੋਏਗਾ ਕੋਈ ਔਖਾ ਵਚਨ ਨਹੀਂ ਆ ਸਿੰਪਲ ਸਿੰਪਲ ਗੱਲਾਂ ਬਾਈਬਲ ਦੇ ਵਿੱਚ ਲਿਖਿਆ ਜਦੋਂ ਖੁਦਾ ਨੇ ਆਦਮ ਹਵਾ ਨੂੰ ਜਦੋਂ ਵਚਨ ਬੋਲਿਆ
ਉਹ ਵੀ ਬੋਲਿਆ ਗਿਆ ਕਿ ਤੂੰ ਕੀ ਕਰਨਾ ਆ, ਸਭ ਬ੍ਰਿਸ਼ ਦਾ ਫਲ ਖਾਣਾ ਆ ਪਰ ਇੱਕ ਬ੍ਰਿਸ਼ ਦਾ ਫਲ ਤੂੰ ਨਹੀਂ ਖਾਣਾ। ਇੱਧਰ ਸਮਝਣ ਦੀ ਕੋਸ਼ਿਸ਼ ਕਰ, ਖੁਦਾ ਨੇ ਕੀ ਕਿਹਾ, ਸਭ ਬ੍ਰਿਸ਼ ਦਾ ਫਲ ਤੂੰ ਕੀ ਕਰਨਾ ਆ, ਉੱਚੀ ਬਾਣੀ ਨਾਲ ਬੋਲੋ ਕਿ ਖਾਣਾ ਆ ਪਰ ਇੱਕ ਬ੍ਰਿਸ਼ ਦਾ ਫਲ ਤੂੰ ਨਹੀਂ ਖਾਣਾ। ਤੁਸੀਂ ਮੈਨੂੰ ਇਹ ਗੱਲ ਦੱਸੋ, ਜਿਹੜਾ ਰੋਜ਼ ਖੁਦਾ ਨੂੰ ਮਿਲਦਾ ਕਿ ਉਹ ਪ੍ਰੇਰਿਤ ਕਰਦਾ ਹੋਵੇਗਾ, ਬੋਲੋ ਉੱਚੀ ਬਾਣੀ ਨਾਲ ਬੋਲੋ, ਜਿਹੜਾ ਰੋਜ਼ ਖੁਦਾ ਨੂੰ ਮਿਲਦਾ ਆ ਤਾਂ ਰੋਜ਼ ਖੁਦਾ ਉਹਨੂੰ ਮਿਲਦਾ ਆ ਕਿ ਉਹ ਦੁਆ ਨਹੀਂ ਕਰਦਾ ਹੋਵੇਗਾ, ਠੀਕ ਹੈ। ਦੂਜੀ ਗੱਲ ਕਿ ਉਹ ਪਾਕ ਤੇ ਪਵਿੱਤਰ ਨਹੀਂ ਹੋਵੇਗਾ, ਗੱਲ ਕਰਦਾ ਆ ਜਿਹਨਾਂ ਖੁਦਾ ਆ ਕੇ ਦਰਸ਼ਨ ਦਿੰਦਾ ਆ, ਜਦੋਂ ਖੁਦਾ ਆ ਕੇ ਰੂਬ ਰੂ ਉਹਨਾਂ ਗੱਲਬਾਤ ਕਰਦਾ ਆ ਕਿ ਉਹ ਪਾਕ ਤੇ ਪਵਿੱਤਰ ਨਹੀਂ ਹੋਵੇਗਾ। ਉਹ ਪਾਕ ਤੇ ਪਵਿੱਤਰ ਵੀ ਕੀ ਆ ਹੋਏਗਾ, ਬਾਈਬਲ ਦੇ ਵਿੱਚ ਲਿਖਿਆ ਰੋਜ਼ ਖੁਦਾ ਦੀ ਉਹਨਾਂ ਲੋਕਾਂ ਦੇ ਨਾਲ ਕੀ ਹੁੰਦੀ ਸੀ, ਸੰਗਤੀ ਹੁੰਦੀ ਸੀ, ਪ੍ਰੇਰ ਵੀ ਆਦਮ ਆਵਾ ਕਰਦੇ ਜਾਂ ਨਹੀਂ ਕਰਦੇ, ਆਦਮ ਆਵਾ ਪ੍ਰੇਰ ਕਰਦੇ ਆ, ਜਿਸ ਜ਼ੋਰੀਆ ਦੇ ਕਰਕੇ ਰੋਜ਼ ਖੁਦਾ ਉਹਨਾਂ ਦੇ ਨਾਲ ਕੀ ਕਰਦਾ, ਗੱਲਬਾਤ ਕਰਦਾ। ਫਿਰ ਦੂਜੀ ਗੱਲ ਕੀ ਆ, ਉਹ ਪਾਕ ਤੇ ਪਵਿੱਤਰ ਆ ਜਿਸ ਜ਼ੋਰੀਆ ਦੇ ਕਰਕੇ ਰੋਜ਼ ਖੁਦਾ ਉਹਨਾਂ ਨੂੰ ਕੀ ਦਿੰਦਾ ਆ, ਦਰਸ਼ਨ ਦਿੰਦਾ ਆ। ਤੀਸਰੀ ਗੱਲ, ਉਹ ਰੋਜ਼ ਖੁਦਾ ਦੇ ਨਾਲ ਆਦਮ ਹਵਾ ਦੀ ਸੰਗਤੀ ਜਿਹੜੀ ਸੀ ਰੋਜ਼ ਖੁਦਾ ਦੇ ਨਾਲ ਹੁੰਦੀ ਸੀ, ਪਰ ਬਾਈਬਲ ਦੇ ਵਿੱਚ ਲਿਖਿਆ ਫਿਰ ਵੀ ਉਹ ਦੋਨੋਂ ਕੀ ਹੋ ਗਏ, ਬੋਲੋ ਫਿਰ ਵੀ ਦੋਨੋਂ ਕੀ ਹੋ ਗਏ, ਮੈਨੂੰ ਤਾਂ ਹੁਣ ਤੁਸੀਂ ਜਿੱਦਾਂ ਹੈ ਹੀ ਨੀ ਇੱਥੇ, ਫਿਰ ਵੀ ਦੋਨੋਂ ਕੀ ਹੋ ਗਏ, ਨਾਸ਼ ਹੋ ਗਏ, ਫਿਰ ਵੀ ਦੋਨੋਂ ਕੀ ਹੋ ਗਏ, ਕਿਉਂ ਕਿ ਪ੍ਰੇਰ ਨੀ ਉਹਨਾਂ ਦੀ, ਕਿ ਖੁਦਾ ਦੇ ਨਾਲ ਉਹਨਾਂ ਦੀ ਸੰਗਤੀ ਨੀ ਹੈ, ਕਿ ਖੁਦਾ ਦੇ ਨਾਲ ਉਹਨਾਂ ਦਾ ਮੇਲ ਮਿਲਾਪ ਨਹੀਂ ਆ। ਤੁਸੀਂ ਤਾਂ ਐਤਵਾਰ ਤੇ ਐਤਵਾਰ ਖੁਦਾ ਤੁਹਾਡੇ ਨਾਲ ਗੱਲ ਕਰਦਾ ਆ, ਜਾਂ ਮੰਨ ਲਓ ਮਹੀਨੇ ਵਿੱਚ ਇੱਕ ਵਾਰੀ ਖੁਦਾ ਤੁਹਾਡੇ ਨਾਲ ਗੱਲ ਕਰਦਾ ਆ, ਜਾਂ ਮੰਨ ਲਓ ਦੋ ਮਹੀਨਿਆਂ ਦੇ ਵਿੱਚ ਇੱਕ ਵਾਰੀ ਖੁਦਾ ਤੁਹਾਡੇ ਨਾਲ ਗੱਲ, ਆਦਮ ਤੇ ਹਵਾ ਆ ਜਿਹਦਾ ਰੋਜ਼ ਖੁਦਾ ਕੀ ਕਰਦਾ ਆ, ਜਿਹਦਾ ਰੋਜ਼ ਖੁਦਾ ਕੀ ਕਰਦਾ ਆ, ਗੱਲ ਕਰਦਾ ਆ। ਪਰ ਕੀ ਵਚਨ ਵਿੱਚ ਕੀ ਸੁਣਿਆ, ਪ੍ਰੇਰ ਹੋਣ ਦੇ ਬਾਵਜੂਦ ਵੀ, ਸੰਗਤੀ ਹੋਣ ਦੇ ਬਾਵਜੂਦ ਵੀ, ਪਵਿੱਤਰ ਆਤਮਾ ਵਾਲੀ ਜ਼ਿੰਦਗੀ ਹੋਣ ਦੇ ਬਾਵਜੂਦ ਵੀ, ਆਦਮ ਹਵਾ ਦੋਨੋਂ ਕੀ ਹੋ ਗਏ, ਸਭ ਲੋਕ ਕੀ ਕਿੱਥੇ ਕਮੀ ਆ ਗਈ, ਕਿੱਥੇ ਕਮੀ ਕਿੱਥੇ ਆ ਗਈ, ਕਿੱਥੇ ਆ ਗਈ ਕਮੀ, ਕਿੱਥੇ ਆ ਗਈ, ਉਹੀ ਬੱਚਿਆਂ ਵਾਲੀ ਇਹ ਹੋਰ ਪਲੀ ਬੋਲੀ ਜਾਣਾ ਬਸ, ਸਮੱਸਿਆ ਇੱਥੇ ਆ ਗਈ, ਬੁੱਧ ਨਹੀਂ ਹੈ ਉਹਨਾਂ ਕੋਲ। ਬੁੱਧ ਕੀ ਮਤਲਬ ਕੀਤਾ, ਜੇ ਮੈਨੂੰ ਕਿਹਾ ਇਹ ਫਲ ਨਹੀਂ ਖਾ, ਮੈਨੂੰ ਇੱਥੇ ਕੀ ਕਰਨੀ ਚਾਹੀਦੀ ਆ, ਆਪਣੀ ਬੁੱਧ ਦਾ ਕੀ ਲੈਣਾ ਪੈਣਾ ਆ, ਆਪਣੀ ਅਕਲ ਦਾ ਕੀ ਲੈਣਾ ਪੈਣਾ ਆ, ਆਪਣੀ ਸਮਝ ਦਾ ਕੀ ਲੈਣਾ ਪੈਣਾ, ਸਹਾਰਾ ਲੈਣਾ ਪੈਣਾ ਆ। ਉਹਨਾਂ ਨੇ ਪ੍ਰੇਅਰ ਠੀਕ ਆ ਤੁਹਾਡੀ, ਪ੍ਰੇਅਰ ਠੀਕ ਆ ਤਾਂ ਮਾਵਾ ਦੀ, ਸੰਗਤੀ ਠੀਕ ਆ ਤਾਂ ਮਾਵਾ ਦੀ, ਮੇਲ ਮਿਲਾਪ ਠੀਕ ਆ ਤਾਂ ਮਾਵਾ ਦਾ, ਪਵਿੱਤਰ ਆਤਮਾ ਵਾਲੀ ਜ਼ਿੰਦਗੀ ਬਤੀਤ ਕਰ ਰਿਹਾ ਠੀਕ ਆ, ਪਰ ਬਾਈਬਲ ਦੇ ਵਿੱਚ ਲਿਖਿਆ ਖੁਦਾ ਨੇ ਕਿਹਾ ਇਹ ਫਲ ਤੂੰ ਨਹੀਂ ਖਾਣਾ, ਪਰ ਲਿਖਿਆ ਉਹਨਾਂ ਨੇ ਬੁੱਧ ਦਾ ਸਹਾਰਾ ਨਹੀਂ ਲਿਆ, ਅਕਲ ਦਾ ਸਹਾਰਾ ਨਹੀਂ ਲਿਆ। ਅੱਜ ਮੈਂ ਤੇ ਤੁਸੀਂ ਸਿਰਫ ਪ੍ਰੇਅਰ ਦੇ ਉੱਤੇ ਜ਼ੋਰ ਆ, ਅਕਲ ਦੇ ਨਾਲ ਅਕਲ ਦੇ ਉੱਤੇ ਜ਼ੋਰ ਨਹੀਂ ਆਪਾਂ ਦਿੰਦੇ, ਬੁੱਧ ਦੇ ਉੱਤੇ ਜ਼ੋਰ ਨਹੀਂ ਦਿੰਦੇ, ਸਮਝ ਦੇ ਉੱਤੇ ਜ਼ੋਰ ਨਹੀਂ ਦਿੰਦੇ, ਜਿਸ ਵਜ੍ਹਾ ਦੇ ਕਰਕੇ ਫੇਲੀਅਰ ਹੁੰਦੇ ਆਪਾਂ, ਜਿਸ ਵਜ੍ਹਾ ਦੇ ਕਰਕੇ ਸਮੱਸਿਆਵਾਂ ਆਉਂਦੀਆਂ ਆ। ਪਰ ਬਾਈਬਲ ਦੇ ਵਿੱਚ ਇੱਕ ਗੱਲ ਲਿਖੀ ਆ, ਗਿਆਨ ਨਾ ਹੋਣ ਦੀ ਵਜ੍ਹਾ ਦੇ ਕਰਕੇ ਆਦਮ ਹਵਾ ਨੂੰ ਉਸ ਦੇ ਵਿੱਚੋਂ ਕੀ ਕੱਢਣਾ ਪਿਆ, ਉਹਦੇ ਵਿੱਚੋਂ ਕੀ ਨਿਕਲਣਾ ਪਿਆ। ਹੁਣ ਤੁਸੀਂ ਮੈਨੂੰ ਇੱਕ ਗੱਲ ਦੱਸੋ, ਨੰਗੀਆਂ ਤਾਰਾਂ ਆ, ਹੱਥ ਲਾਵਾਂ ਜਾਂ ਨਾ ਲਾਵਾਂ, ਕੀ ਆ ਸਮਝ ਮੈਨੂੰ ਆ ਤੇ ਸਮਝ ਕੀ ਆ, ਤੁਸੀਂ ਇਹ ਨੀ ਕਹਿ ਸਕਦੇ ਦੁਆ ਕਰਦੇ ਤੇ ਲਾ ਦੋ ਕਰੰਟ ਨੇ ਨੀ ਵੇਖਣਾ ਵੀ ਇਹ ਬਹਾਦਰੀ ਆ, ਸਮਝ ਆ ਰਹੀ ਗੱਲ ਜਾਂ ਨਹੀਂ। ਇੱਥੇ ਮੈਨੂੰ ਬੁੱਧ ਦਾ ਕੀ ਲੈਣਾ ਪੈਣਾ ਆ, ਇੱਥੇ ਮੈਨੂੰ ਆਪਣੀ ਅਕਲ ਦਾ ਕੀ ਲੈਣਾ ਪੈਣਾ ਆ, ਆਪਣਾ ਕਿਹੜਾ ਗਿਆਨ ਆ ਉਹਦਾ ਮੈਨੂੰ ਕੀ ਲੈਣਾ ਪੈਣਾ, ਨਹੀਂ।
मैं नंगिया तारा नू हाथ नहीं लाना। इसे तरह दे नाल अपा गलती अपा कहता दें दे या शतान गलती करांदा या शतान इतना करता या और बाइबल नहीं है गल कह रही शतान तारे को एक कुछ करा रहा या तारी समझ तारा समझ तारी सब तो बड़ी दुश्मन या तारी अकल तारी तारी पुत सब तो बड़ी तारी दुश्मन की बनी हुई या क्योंकि कुछ एक इंडिया दा लालो एक अमेरिका दा लालो एक कैनेडा दा लालो एक इंग्लैंड दा सी ते सारी जने कोई ना कोई योजना बना रहे हैं सारे के इंग्लैंड वाला व्यक्ति भी दिमाग नु इस्तेमाल कर रहा है कैनेडा वाला बंदा वो भी दिमाग नु की कर रहा है इस्तेमाल कर रहा है पर अमेरिका वाला इंग्लैंड वाला वो भी दिमाग दा की कर रहा है इस्तेमाल कर रहा है पर इंडिया वाला की कहंदा कहंदा तू सारा कुछ कर लो मैं आ जाऊंगा समझ आई गल या नहीं समझ आई गल या नहीं ये बोलो आई या नहीं मैं फिर बोलना अमेरिका वाले ने भी बुत का इस्तेमाल किया इंग्लैंड वाले ने भी बुत का इस्तेमाल किया कैनेडा वाले ने भी बुत का इस्तेमाल किया इंडिया का बंदा कहता तुम सारा कुछ सैट कर लो मैं आके बह जाऊंगा ये नहीं वेखना है ठीक है या गलत है और जिदा का है आप उदा बह जाना जाके सो इतने ज्ञान मेरा साथ नहीं दे रही क्योंकि इंडिया के लोग जे देखे ज्ञान का इस्तेमाल बहुत घट करते हैं बुद्ध का इस्तेमाल बड़ा घट करते हैं इसलिए बाइबल भी यह गल कह रही है ज्ञान तो बिना मेरी परचा की होंगी नाश होंगी है जो तारी प्रेयर ठीक है तारी संगति ठीक है मिल मिला खुदा दे नाल ठीक है अज तो बाद तो ज्ञान लेना खुदा दे कोलों की कर देवो शुरू कर देवो बोलो हालेलुया उच्ची आवाज नाल बोलो हालेलुया शैतान बाद चो आंदा है पहलों ताड़ी की रही नाल रही शैतान बाद चो आंदा क्योंकि तुम प्रेयर करते थे एक प्रेयर करने वाले बंदे दे नाल शैतान हर वेले नाल नहीं रहिंदा एक जो बंदा संगति करता उहदे नाल शैतान हर वेले नाल नहीं रहिंदा एक जरा वर्त रखता है एक जरा पवित्र टाइद विच जिंदगी बतीत करता शैतान उहदे हर वेले नाल नहीं रहिंदा उहदी समझ हर वेले उहदी की रहिंदी है बोल हालेलुया इसलिए बाइबल दे की गल की कह रही है आदम हवा दे कोल प्रेयर आ आदम हवा दे कोल संगति आ आदम हवा दे कोल खुदा दे नाल मिल मिलाप आ आदम हवा दे कोल पवित्र आत्मा वाली जिंदगी आ पर बाइबल विच लिखिया फिर भी वह नाश हो गए फिर भी की हो गए फिर भी की हो गए तुम भी कैसे सोचते हो गए मैं तो प्रेयर करता हाँ मैं तो संगति करता मैं तो सब कुछ करता फिर इस तरह क्यों इस तरह के नाल क्यों क्योंकि तू सारा कुछ क्या तेरे को समझ नहीं है बस ਜੇ ਕੋਈ ਸਮਝ ਵੀ ਹੈ ਆ ਪਰ ਉਸ ਸਮਝ ਦਾ ਤੂੰ ਇਸਤੇਮਾਲ ਨਹੀਂ ਕਰ ਰਿਹਾ ਉਸ ਅਕਲ ਦਾ ਉਸ ਬੁੱਧ ਦਾ ਤੂੰ ਕੀ ਨਹੀਂ ਕਰ ਰਿਹਾ ਇਸਤੇਮਾਲ ਨਹੀਂ ਕਰ ਰਿਹਾ ਇਸ ਲਈ ਅੱਜ ਤੋਂ ਬਾਅਦ ਪ੍ਰੇਅਰ ਕਰੋ ਖੁਦਾ ਪ੍ਰੇਅਰ ਦੇ ਨਾਲ ਨਾਲ ਮੇਰਾ ਅਕਲ ਮੇਰੀ ਬੁੱਧੀ ਵੀ ਕੀ ਹੋ ਜਾਵੇ ਬੋਲ ਹਾਲੇਲੂਇਆ ਉੱਚੀ ਬਾਣੀ ਨਾਲ ਬੋਲੋ ਹਾਲੇਲੂਇਆ ਉੱਚੀ ਬਾਣੀ ਨਾਲ ਬੋਲੋ ਹਾਲੇਲੂਇਆ ਜੇ ਕਿ ਹੋਰ ਵਚਨ ਦੇ ਵਿੱਚੋਂ ਜੇਕਰ ਆਪਾਂ ਆਈਏ ਜੇ ਮੂਸਾ ਦੀ ਕਹਾਣੀ देखते हैं बाइबल दे विच लिखी है जो मूसा ने मिस्रिया नू जो मारिया वो की होया पच्चिया जा रुकिया रहा हां की होया पच्चिया क्यों उहदे कोल बुद्ध आ उहदे कोल ज्ञान आ बेशक पहला इस्तेमाल कीती उन्हें मार दिता पर बाद चो उन्हें कहड़ा इस्तेमाल किया बुद्ध का इस इस्तेमाल किया कि मेरे बहुत सारे दुश्मन हो गया मेरा भज जाना की है मेरा भज जाना की है ठीक है तुम पावर दिती है खुदा ने तुम सामर्थ दिती है खुदा ने तुम बल दिता होया पर एक जगह इदा भी आ जिथे बुद्ध ताड़ी की करेगी काम आवेगी बोल हालेलुया बोलो उच्ची बात बोलो हालेलुया समझ आ रहा वचन या नहीं आ रहा केरा इस्तेमाल करना बुद्ध दा की करना है इस्तेमाल करना तीसरी गल जेकर आप देखते हैं जुनानू की कहा तू की करनी है नैनवा विच जा
ਪਰ ਉਹ ਕਿੱਥੇ ਗਿਆ? ਹੁਣ ਤੁਸੀਂ ਇਹ ਮੇਰੀ ਗੱਲ ਵੇਖੋ, ਤੁਸੀਂ ਕਹਿੰਦਾ ਪ੍ਰਚਾਰ ਹੀ ਕਰਨਾ ਆ, ਜਿੱਥੇ ਮਰਜ਼ੀ ਕਰ ਲਈਏ, ਜਿੱਥੇ ਮਰਜ਼ੀ ਕੀ ਆ ਕਰ ਲਈਏ, ਸੰਗਤੀ ਕਰਨੀ ਆ ਜਿੱਥੇ ਮਰਜ਼ੀ ਹੀ ਕਰ ਰਹੀਏ। ਪਰ ਬਾਈਬਲ ਦੇ ਵਿੱਚ ਲਿਖਿਆ ਜੋ ਖੁਦਾ ਨੇ ਕਿਹਾ ਗਿਆ, ਜੋ ਜਗ੍ਹਾ ਉਹਦੇ ਲਈ ਨਿਯੁਕਤ ਕੀਤੀ ਸੀ, ਖੁਦਾ ਨੇ ਕਿਹਾ ਤੈਨੂੰ ਉਸੇ ਜਗ੍ਹਾ ਤੇ ਜਾ ਕੇ ਤੈਨੂੰ ਕੀ ਕਰਨੀ ਪੈਣੀ, ਤੇਰੀ ਆਰਾਧਨਾ ਤੈਨੂੰ ਕੀ ਕਰਨੀ ਪੈਣੀ, ਤੈਨੂੰ ਉਸੇ ਜਗ੍ਹਾ ਤੇ ਜਾ ਕੇ ਤੈਨੂੰ ਪ੍ਰਚਾਰ ਕੀ ਕਰਨਾ ਪੈਣਾ। ਬਾਈਬਲ ਦੇ ਵਿੱਚ ਲਿਖਿਆ ਦੁੱਖ ਵਿੱਚ ਕਿਉਂ ਗਿਆ, ਸੁਣਿਆ ਸਾਰਾ ਕੁਛ, ਸੁਣਿਆ ਸੁਣਿਆ ਬੋਲੋ ਸੁਣਿਆ ਸਾਰਾ ਕੁਛ ਆ। ਖੁਦਾ ਨੇ ਕੀ ਗੱਲ ਕੀਤੀ ਨਨਵਾ ਦੇ, ਖੁਦਾ ਨੇ ਕੀ ਗੱਲ ਕੀਤੀ ਨਨਵਾ ਦੇ ਲੋਕਾਂ ਦੇ ਨਾਲ, ਖੁਦਾ ਨੇ ਕੀ ਗੱਲ ਕੀਤੀ ਯੂਨਾਨ ਦੇ ਨਾਲ, ਯੂਨਾਨ ਨੂੰ ਵੀ ਪਤਾ ਆ ਖੁਦਾ ਨੇ ਮੇਰੇ ਨਾਲ ਕੀ ਗੱਲ ਕੀਤੀ ਆ, ਖੁਦਾ ਨੇ ਮੇਰੇ ਨਾਲ ਕੀ ਗੱਲ ਕੀਤੀ ਆ। ਬਾਈਬਲ ਦੇ ਵਿੱਚ ਲਿਖਿਆ ਪੁੱਤ ਨਹੀਂ ਹੈ, ਕਮੀ ਆ, ਘਾਟ ਆ, ਵਿਸਤਮ ਦੀ ਘਾਟ ਆ, ਜਿਸ ਵਜ੍ਹਾ ਦੇ ਕਰਕੇ ਉਹਨੇ ਕਿਹਾ ਪ੍ਰੇਅਰ ਕਰਨੀ ਹੈ ਜਿੱਥੇ ਮਰਜ਼ੀ ਕੀ ਆ। ਤੁਸੀਂ ਵੀ ਕਹਿੰਦੇ ਆ ਨਾ ਦੁਆ ਹੀ ਕਰਨੀ ਜਿੱਥੇ ਕੀ ਆ, ਪਰ ਘਰ ਕਰ ਲਈਏ ਤੇ ਭਾਵੇਂ ਚਰਚ ਵਿੱਚ ਕਰ ਲਈਏ, ਇਹ ਆ ਤੁਹਾਡੀ ਵਿਸਡਮ ਆ, ਇਹ ਤੁਹਾਡਾ ਗਿਆਨ ਆ। ਤੁਸੀਂ ਕਹਿੰਦੇ ਜੇ ਪ੍ਰੇਅਰ ਕਰਨੀ ਜਿੱਥੇ ਮਰਜ਼ੀ ਕੀ ਆ, ਪ੍ਰੇਅਰ ਕਰ ਲਈਏ, ਦੁਆ ਹੀ ਕਰਨੀ ਆ ਜਿੱਥੇ ਮਰਜ਼ੀ ਕੀ ਕਰ ਲਈਏ, ਦੁਆ ਕਰ ਲਈਏ। ਜਨਾਬ ਵੀ ਆਹੋ ਕਹਿੰਦਾ ਸੀ ਪ੍ਰੇਅਰ ਕਰਨੀ ਜਿੱਥੇ ਮਰਜ਼ੀ ਕਰ ਲਈਏ, ਪ੍ਰਚਾਰ ਇਸ ਤਰ੍ਹਾਂ ਆ ਜਿੱਥੇ ਮਰਜ਼ੀ ਕਰ ਲਈਏ। ਬਾਈਬਲ ਦੇ ਵਿੱਚ ਲਿਖਿਆ ਗਿਆਨ ਨਾ ਹੋਣ ਦੀ ਵਜ੍ਹਾ ਦੇ ਕਰਕੇ, ਵਿਸਡਮ ਹੋਣ ਦੇ ਕਰਕੇ, ਬਾਈਬਲ ਦੇ ਵਿੱਚ ਲਿਖਿਆ ਉਹਨੂੰ ਮੱਛੀ ਦੇ ਪੇਟ ਦੇ ਵਿੱਚ ਕੀ ਹੈ। ਫਿਰ ਉਹਨੇ ਕੀ ਕੀਤਾ, ਬੁੱਤ ਦਾ ਸਹਾਰਾ ਲਿਆ, ਬੁੱਤ ਦਾ ਕੀ ਲਿਆ, ਸਹਾਰਾ ਲਿਆ, ਅਕਲ ਦਾ ਕੀ ਲਿਆ, ਸਹਾਰਾ ਲਿਆ, ਵਿਸਡਮ ਦਾ ਕੀ ਲਿਆ, ਸਹਾਰਾ ਲਿਆ। ਉਹਨੇ ਕਿਹਾ ਨਹੀਂ, ਮੈਂ ਫਿਰ ਨਨਵਾਂ ਦੇ ਵਿੱਚ ਜਾ ਕੇ ਕੀ ਕਰਾਂਗਾ। ਉਹਨੇ ਕਿਹਾ ਨਹੀਂ, ਮੈਂ ਖੁਦਾ ਦੇ ਹਜ਼ੂਰੋਂ ਮੈਂ ਕੀ ਹੋਇਆ ਆ, ਭੱਜਿਆ ਹੋਇਆ ਆ। ਇਸ ਲਈ ਉਹਨੇ ਕਿਹਾ ਨਹੀਂ, ਮੇਰੇ ਜਾਣਾ ਬਹੁਤ ਹੀ ਜ਼ਿਆਦਾ ਕੀ ਹੈ। ਬੋਲੇ ਹਾਲੇਲੂਇਆ, ਪ੍ਰੇਅਰ ਠੀਕ ਆ, ਸਭ ਠੀਕ ਆ, ਪਰ ਵਿਸਡਮ ਇੱਥੇ ਕੀ ਆ, ਇੱਥੇ ਘਾਟ ਆ। ਬੁੱਧ ਦੀ ਕੀ ਆ, ਘਾਟ ਆ, ਸਮਝ ਦੀ ਕੀ ਆ, ਘਾਟ ਆ, ਜਿਸ ਵਜ੍ਹਾ ਦੇ ਕਰਕੇ ਖੁਦਾ ਦੇ ਲੋਕ, ਖੁਦਾ ਦੀ ਪਰਜਾ ਜਿਹੜੀ ਆ ਉਹ ਕੀ ਹੋ ਰਹੀ ਆ, ਨਾਸ਼, ਉਹ ਕੀ ਹੋ ਰਹੀ ਆ, ਬੋਲੋ ਉਹ ਕੀ ਹੋ ਰਹੀ ਆ, ਨਾਸ਼ ਹੋ ਰਹੀ ਆ। ਦੇਖੋ ਬਾਈਬਲ ਦੇ ਵਿੱਚ ਇੱਕ ਵਚਨ ਦਿੱਤਾ ਗਿਆ ਖਾਸ ਕਰਕੇ ਖੁਦਾ ਦੇ ਲੋਕਾਂ ਦੇ ਲਈ, ਵਿਸ਼ਵਾਸੀਆਂ ਦੇ ਲਈ ਮੈਂ ਕਹਿ ਦੇਵਾਂਗਾ, ਜਾਂ ਮੰਨ ਲਓ ਪਾਦਰੀਆਂ ਦੇ ਲਈ ਕਹਿ ਦੇਵਾਂਗਾ, ਵਿਸ਼ਵਾਸੀਆਂ ਦੇ ਲਈ ਕਹਿ ਦੇਵਾਂਗਾ, ਜਾਂ ਜਿਹਨੇ ਖੁਦਾ ਨੂੰ ਮੰਨਿਆ ਆ ਉਹਨਾਂ ਦੇ ਲਈ ਮੈਂ ਕਹਿ ਦੇਵਾਂਗਾ। ਬਾਈਬਲ ਦੇ ਵਿੱਚ ਇੱਕ ਵਚਨ ਆ, ਜਦੋਂ ਸਮਸੂਨ ਪੈਦਾ ਹੋਣ ਵਾਲਾ ਸੀ, ਜਦੋਂ ਸਮਸੂਨ ਉਹਦੀ ਮਾਂ ਦੀ ਕੁੱਖ ਦੇ ਵਿੱਚ ਜਦੋਂ ਆਉਣ ਵਾਲਾ ਸੀ, ਉਹਦੀ ਪਹਿਲਾਂ ਹੀ ਇੱਕ ਪਰਫੈਕਟਿਕ ਵਰਡ, ਤੂੰ ਕੁਛ ਵੀ ਇਸ ਤਰ੍ਹਾਂ ਦੀ ਚੀਜ਼ ਨਹੀਂ ਖਾਣੀ, ਤੂੰ ਕੋਈ ਨਹੀਂ ਖਾਣੀ, ਕਿਉਂਕਿ ਜੋ ਤੇਰੀ ਕੁੱਖ ਦੇ ਵਿੱਚ ਆ ਉਹ ਇੱਕ ਮੇਰੇ ਵੱਲੋਂ ਚੁਣਿਆ ਹੋਇਆ ਕੀ ਖੁਦਾ ਦਾ ਕੀ ਬੰਦਾ ਆ। ਚਲੋ ਮਾਂ ਨੇ ਤਾਂ ਕਿਤੇ ਨਾ ਕਿਤੇ ਕਰਕੇ ਸਮਝ ਦੀ ਇਸਤੇਮਾਲ ਕਰਦੀ ਰਹੀ, ਸਮਝ ਦਾ ਸਹਾਰਾ ਲੈਂਦੀ ਰਹੀ। ਪਰ ਬਾਈਬਲ ਦੇ ਵਿੱਚ ਲਿਖਿਆ ਜਦੋਂ ਉਹੀ ਸਮਸੂਨ ਜਦੋਂ ਵੱਡਾ ਹੋ ਗਿਆ, ਉਹੀ ਸਮਸੂਨ ਜਦੋਂ ਆਪਣੇ ਪੈਰਾਂ ਦੇ ਉੱਤੇ ਖੜਾ ਹੋ ਗਿਆ, ਜਦੋਂ ਲੜਾਈਆਂ ਲੜਨ ਲੱਗ ਪਿਆ, ਦੁਸ਼ਮਣ ਨੂੰ ਜਦੋਂ ਉਹਨੇ ਮਾਰਨਾ ਸ਼ੁਰੂ ਕਰ ਦਿੱਤਾ, ਬਾਈਬਲ ਦੇ ਵਿੱਚ ਲਿਖਿਆ ਉਹਦੇ ਵਿਰੋਧੀਆਂ ਨੇ ਇੱਕ ਚਾਲ ਇੱਦਾਂ ਦੀ ਚੱਲੀ, ਉਹਦੇ ਦੁਸ਼ਮਣ ਨੇ ਇੱਕ ਯੋਜਨਾ ਇਸ ਤਰ੍ਹਾਂ ਦੀ ਬਣਾਈ ਕਿ ਉਹਨੂੰ ਘੇਰ ਲਿੱਤਾ ਗਿਆ। ਜਦੋਂ ਉਹਨੂੰ ਘੇਰ ਦਿੱਤਾ ਗਿਆ, ਬਾਈਬਲ ਦੇ ਵਿੱਚ ਲਿਖਿਆ ਇੱਕ ਕੁੜੀ ਉਹਦੇ ਕੋਲ ਆਈ, ਉਸ ਕੁੜੀ ਨੇ ਕੀ ਕੀਤਾ, ਉਹਨੂੰ ਪੁੱਛਿਆ ਤੇਰੇ ਕੋਲ ਇੰਨੀ ਤਾਕਤ ਆ, ਤੇਰੇ ਕੋਲ ਇੰਨੀ ਪਾਵਰ ਆ, ਤੇਰੇ ਕੋਲ ਇੰਨੀ ਸ਼ਕਤੀ ਆ, ਤੇਰਾ ਰਾਜ ਕੀ ਆ। ਬਾਈਬਲ ਦੇ ਵਿੱਚ ਲਿਖਿਆ ਜਦੋਂ ਉਹਨੇ ਬੁੱਧ ਦਾ ਸਹਾਰਾ ਨਹੀਂ ਲਿਆ ਤੇ ਉਹਨੇ ਆਪਣੀਆਂ ਗੱਲਾਂ ਕੀ ਕਰ ਦਿੱਤੀਆਂ, ਉਹਨੇ ਆਪਣੀਆਂ ਗੱਲਾਂ ਕੀ ਕਰ ਦਿੱਤੀਆਂ, ਦੱਸ ਦਿੱਤੀਆਂ। ਜਦੋਂ ਉਹਨੇ ਆਪਣੀਆਂ ਗੱਲਾਂ ਜਦੋਂ ਦੱਸ ਦਿੱਤੀਆਂ, ਉਹ ਬਲ, ਉਹ ਸਾਮਰਥ, ਉਹ ਤਾਕਤ ਉਹਦੀ ਲਾਈਫ ਦੇ ਵਿੱਚੋਂ ਕੀ ਹੋ ਗਈ, ਕਿ ਤੁਹਾਨੂੰ ਖੁਦਾ ਨੇ ਤੁਹਾਨੂੰ ਨਹੀਂ ਦੱਸਿਆ ਤੀ ਮੇਰੇ ਵਿਸ਼ਵਾਸੀ ਜੇ, ਤੀ ਮੇਰੇ ਬੱਚਿਆਂ ਜੇ, ਤੀ ਮੇਰੀਆਂ ਧੀਆਂ ਜੇ, ਤੁਹਾਨੂੰ ਮੇਰੇ ਹੁਕਮ ਦੇ ਵਿੱਚ, ਤੁਹਾਨੂੰ ਮੇਰੇ ਨਿਯਮ ਦੇ ਵਿੱਚ, ਤੁਹਾਨੂੰ ਮੇਰੀ ਵਿਧੀਆਂ ਦੇ ਵਿੱਚ ਤੁਹਾਨੂੰ ਕੀ ਕਰਨਾ ਪੈਣਾ ਆ।
कि तुम अपने बच्चों नहीं दसिया भी मेरे बेटे तेन इदा रहना पैना, मेरी बेटी तेन इदा रहना पैना। जे तेरा बेटा तुम गलती गलती करता कि तेरी बेटी गलती करती है तो ओनू डांट दे। इस तरह जे अगर तुम खुदा दे खुदा ने तुम बिंदिया दिखाई आ, खुदा ने तुम हुक्म दिते आ, खुदा ने तुम गल दसिया हुई आ, जे तू विश्वासी आ तेरे विच रहना पवेगा। कोई भी इस तरह ने जिन खुदा ने पालन नहीं दिता, कोई इस तरह का नहीं जिन खुदा ने ताकत नहीं दिती, कोई भी इस तरह का नहीं आ जिन खुदा ने शक्ति नहीं दिती। पर वो पावर कित्थे आ, वो शक्ति अज कित्थे आ? बुत ना वर्तन की वजह दे करके, ज्ञान ना वर्तन की वजह दे करके, वो अकल का ना सहारा लेंदे होया अज गलती दे उत्ते गलती साडी जिंदगी दे विच की है कि सानू नहीं पता कि संडे आप चर्च में जाना या नहीं जाना। बोलो बोलो, पता या नहीं पता? केड़ा बंदा जिसे नहीं पता भी मैं एतवार चर्च में जाना या नहीं जाना? बोलो, सारे नूं पता ना। हुण जे मैं नहीं जाता तो केरी गलती है? लो बंदा एक केरी गलती है? हां अपनी हड्डी पुत दी की है, साड़ी गलती है। क्योंकि तेनू भी पता है मेरा चर्च दे विच जाना बहुत ही ज्यादा की जरूरी है, तेनू पता है मेरे लिए प्रेयर करना जरूरी है, तेनू पता मेरे लिए संगति करना, तेनू पता मेरे लिए वर्त रखना की जरूरी है। उत्थे शैतान पहला पुत तेरी दुश्मन बनती है, तो बाद चो शैतान तेरा दुश्मन बनता है। पहला कौन होंगी? बोलो बोलो बोलो, कौन पहले तेरा दुश्मन कौन बनता? बोलो बोलो, बुत। उस तो बाद शैतान ताडा की बनता? दुश्मन बनता। वो सीधा ही नहीं आ जाता ताडे कोल, पहले वेखता आ मैं आवां या ना आवां। बोलो, वो वेखता पहले मैं आवां के वो पहला बाइबल दे विच लिखिया जिस दिन मैनू ढिल्ला मिलिया उस दिन मैं की है आ जावां। पर ढिला कि मैं पता मेरे लिए मेरा प्रेयर का टाइम हो गया तो मैं प्रेयर नहीं करन दा, तो शैतान ने कहना मैं की है। मैं पता अच मेरा वर्त रखने का टाइम है, मैं पता अच मेरी सेवा करने का टाइम है, मैं पता अच मेरी संगति का टाइम है, मैं पता अच मेरा मेरे लिए समा जरा खुदा के चर्च के जाना जरूरी है। पर मैं अपनी मेरी पुत की कह रही है, मेरा ज्ञान की कहता है नहीं छट पर की करना जा। शैतान कहता तू नहीं जाना, ताड़ी बुद्ध कहती ताड़ा ची कहता छट पना आ भी काम कर ला, 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 आ भी काम कर ला। शैतान नहीं तुम कहता भी तू छट दे, ते कहता है शैतान नहीं तुम कहता ना प्रेर कर, ताड़ा ची नहीं करता, ताड़ी बुद्ध ताड़ा सहारा नहीं दे रही, ताड़ी समझ ताड़ा सहारा नहीं दे रही, जिस वजह से करके तुम प्रेयर को मिस कर देंगे जी, प्रार्थना मिस कर देंगे जे, संगति मिस कर देंगे जे, वचन मिस कर देंगे जे, जिस करके ओही ज्ञान ना होंगी वजह दे करके ओ की तड़ा दुश्मन की है, तड़ी प्रॉब्लम तड़ी लाइफ दे विच की आ जांदी है। बोलो हालेलुया, चिवाई ना बोलो हालेलुया। की मंगना? बोलो बोलो की मंगना? बुत नू की करना? मंगना है। बुत होएगी कदे भी शैतान तड़े नेड़े नहीं आएगा, ज्ञान होगा कदे भी शैतान जिहड़ा आ उह ताडे की आ नेड़े नहीं आवेगा। एक वचन असीं पढ़ते हां लूका दी अंजील 4 अध्याय तो शुरू करिए, 4 तो शुरू करिए, लूका 4 बाप। जा यीशु पवित्र आत्मा नाल भरपूर होके ਜਰਦਨ ਤੋਂ ਮੁੜਿਆ। ਦੇਖੋ ਕਿਤਾਬ ਭਰਪੂਰ ਹੋ ਕੇ ਪਵਿੱਤਰ ਆਤਮਾ ਦੇ ਨਾਲ ਭਰਪੂਰ ਹੋ ਕੇ, ਪਵਿੱਤਰ ਆਤਮਾ ਦੇ ਮਸਾ ਦੇ ਨਾਲ, ਪਵਿੱਤਰ ਆਤਮਾ ਦੀ ਸਾਮਰਥ ਦੇ ਨਾਲ, ਪਵਿੱਤਰ ਆਤਮਾ ਦੇ ਅਭਿਸ਼ੇਕ ਦੇ ਨਾਲ ਭਰਪੂਰ ਸੀ। ਜਾਣੀ ਕਿ ਮਸਾ ਉਹਦੇ ਅੰਦਰ, ਸਾਮਰਥ ਉਹਦੇ ਅੰਦਰ, ਅਭਿਸ਼ੇਕ ਉਹਦੇ ਅੰਦਰ, ਖੁਦਾ ਦਾ ਹੱਥ ਉਹਦੇ ਉੱਤੇ। ਬਾਈਬਲ ਦੇ ਵਿੱਚ ਲਿਖਿਆ ਪਵਿੱਤਰ ਆਤਮਾ ਦੇ ਨਾਲ ਭਰਪੂਰ ਹੋ ਕੇ ਉਹ ਯਰਦਨ ਦੇ ਵੱਲ ਕੀ ਆਇਆ, ਵਾਪਸ ਆਇਆ। ਅੱਗੇ ਪੜ੍ਹੀਏ,
ਪਰ ਆਤਮਾ ਦੀ ਅਗਵਾਈ ਨਾਲ 40 ਦਿਨਾਂ ਤੋੜੀ ਦੌੜ ਵਿਚ ਫਿਰਦਾ ਰਿਹਾ। 40 ਦਿਨਾਂ ਤੱਕ ਹੌਲੀ ਸਪੀਡ ਦੀ ਅਗਵਾਈ ਦੇ ਨਾਲ, ਆਪਣੀ ਅਗਵਾਈ ਦੇ ਨਾਲ ਨਹੀਂ, ਆਪਣੀ ਅਕਲ ਦੇ ਨਾਲ ਨਹੀਂ, ਆਪਣੀ ਪੁੱਤ ਦੇ ਨਾਲ ਨਹੀਂ, ਬਲਕਿ ਪਵਿੱਤਰ ਆਤਮਾ ਦੀ ਅਗਵਾਈ ਦੇ ਨਾਲ 40 ਦਿਨਾਂ ਦੇ ਤੱਕ, 40 ਦਿਨਾਂ ਤੱਕ ਜੰਗਲ ਦੇ ਵਿੱਚ ਕੋਈ ਯਾਰ ਦੇ ਵਿੱਚ ਉਹ ਕੀ ਕਰਦਾ ਰਿਹਾ। ਅਤੇ ਸ਼ੈਤਾਨ ਉਹਨੂੰ ਪਰਤਾਉਂਦਾ ਸੀ, ਸ਼ੈਤਾਨ ਉਹਦੀ ਪ੍ਰੀਖਿਆ ਰਹਿੰਦਾ ਸੀ। ਔਰ ਉਹਨੀ ਦਿਨੀ ਉਹਨੇ ਕੁਝ ਨਾ ਖਾਦਾ, ਉਹਨੇ ਦਿਨੀ ਉਹਨੇ ਕੁਛ ਵੀ ਨਹੀਂ ਖਾਦਾ, ਕੁਝ ਨਾ ਉਹ ਦਿਨ ਪਹੁੰਚ ਗਏ ਤਾਂ ਉਹਨੂੰ ਭੁੱਖ ਲੱਗੀ। ਤਦ ਸ਼ੈਤਾਨ ਨੇ ਉਸ ਨੂੰ ਕਿਹਾ, ਤੂੰ ਹੈ ਤਾਂ ਇਸ ਪੱਥਰ ਨੂੰ ਆਖ ਜੋ ਰੋਟੀ ਬਣ ਜਾਵੇ। ਯਸੂ ਨੇ ਉਸ ਨੂੰ ਉੱਤਰ ਇੱਕ ਮਿੰਟ, ਜੇਕਰ ਤੁਸੀਂ ਇਸ ਵਚਨ ਨੂੰ ਧਿਆਨ ਦੇ ਨਾਲ ਤੁਸੀਂ ਸੁਣਿਆ ਆ, ਪਹਿਲੀ ਐਤ ਦੇ ਵਿੱਚ ਲਿਖਿਆ ਯਸ਼ੂ ਮਸੀਹ ਪਵਿੱਤਰ ਆਤਮਾ ਦੇ ਨਾਲ ਭਰਿਆ ਹੋਇਆ ਸੀ। ਦੂਜੇ ਵਚਨ ਦੇ ਵਿੱਚ ਅਗਵਾਈ ਦੇ ਨਾਲ ਜੰਗਲ ਦੇ ਵਿੱਚ ਫਿਰਦਾ ਸੀ। ਪਰ ਬਾਈਬਲ ਤੀਜੀ ਐਤ ਦੇ ਵਿੱਚ ਲਿਖਿਆ ਫਿਰ ਵੀ, ਦੂਜੀ ਐਤ ਵਿੱਚ ਫਿਰ ਵੀ ਸ਼ੈਤਾਨ ਉਹਦੀ ਪ੍ਰੀਖਿਆ ਕੌਣ ਲੈਂਦਾ ਸੀ। ਇੱਕ ਗੱਲ ਹੁਣ ਤੁਸੀਂ ਇੱਧਰ ਵੇਖੋ, ਤੁਹਾਡੀ ਪ੍ਰੇਅਰ ਬਹੁਤ ਵਧੀਆ ਆ, ਪ੍ਰੇਅਰ ਬਹੁਤ ਜ਼ਿਆਦਾ, ਤੁਹਾਡੀ ਸੰਗਤੀ ਤੁਹਾਡੀ ਬਹੁਤ ਵਧੀਆ ਆ, ਫਾਸਟਿੰਗ ਤੁਹਾਡੀ ਬਹੁਤ ਵਧੀਆ, ਤੁਹਾਡੀ ਸੇਵਾ ਬਹੁਤ ਵਧੀਆ ਆ, ਫਿਰ ਹੁਣ ਹੁਣ ਜਿਹੜੀ ਸਮੱਸਿਆ ਆ ਰਹੀ ਆ ਤੁਹਾਡੀ ਲਾਈਫ ਦੇ ਵਿੱਚ, ਹੁਣ ਤੁਸੀਂ ਕਹਿੰਦੇ ਪਾਜੀ ਸਾਹਿਬ ਤੁਸੀਂ ਕਹਿੰਦੇ ਪ੍ਰੇਅਰ ਕਰੋ, ਅਸੀਂ ਤਾਂ ਪ੍ਰੇਅਰ ਕਰਨੀ ਸਟਾਰਟ ਕਰ ਦਿੱਤੀ ਹੈ। ਤੁਸੀਂ ਕਹਿੰਦੇ ਮਹੀਨੇ ਵਿੱਚ ਇੱਕ ਵਾਰ ਤੇ ਰੱਖੋ, ਅਸੀਂ ਮਹੀਨੇ ਵਿੱਚ ਇੱਕ ਵਾਰ ਤੇ ਰੱਖਣਾ ਵੀ ਕੀ ਕਰ ਦਿੱਤਾ, ਸ਼ੁਰੂ ਕਰ ਦਿੱਤਾ। ਪਾਜੀ ਸਾਹਿਬ ਤੁਸੀਂ ਕਹਿੰਦੇ ਸੀ 7 ਐਤਵਾਰ ਚਰਚ ਦੇ ਵਿੱਚ ਆਓ, ਅਸੀਂ 7 ਐਤਵਾਰ ਆਉਣਾ ਵੀ ਕੀ ਕਰ ਦਿੱਤਾ, ਸ਼ੁਰੂ ਕਰ ਦਿੱਤਾ। ਪਾਜੀ ਸਾਹਿਬ ਤੁਸੀਂ ਕਹਿੰਦੇ ਸੀ ਚਰਚ ਦੀ ਕੋਈ ਸੇਵਾ ਕਰੋ, ਅਸੀਂ ਚਰਚ ਦੀ ਸੇਵਾ ਕਰਨੀ ਵੀ ਕੀ ਕਰ ਦਿੱਤੀ, ਸ਼ੁਰੂ ਕਰ ਦਿੱਤੀ। ਵੇਖੋ ਜੋ ਜੋ ਪਾਜੀ ਸਾਹਿਬ ਨੇ ਕਿਹਾ ਤੁਸੀਂ ਉਹ ਸਭ ਕੁਛ ਕੀ ਕਰਨਾ, ਕੀ ਕਰ ਦਿੱਤਾ, ਸ਼ੁਰੂ ਕਰ ਦਿੱਤਾ। ਬਾਈਬਲ ਵਿੱਚ ਲਿਖਿਆ ਯੀਸ਼ੂ ਮਸੀਹ ਪਵਿੱਤਰ ਆਤਮਾ ਨਾਲ ਭਰਿਆ, ਪਵਿੱਤਰ ਆਤਮਾ ਦੀ ਅਗਵਾਈ ਦੇ ਨਾਲ 40 ਦਿਨਾਂ ਤੱਕ ਉਹਨੇ ਫਾਸਟਿੰਗ ਪ੍ਰੇਅਰ ਕੀਤੀ। ਬਾਈਬਲ ਦੇ ਵਿੱਚ ਲਿਖਿਆ ਪਰ ਜੇ ਪਵਿੱਤਰ ਆਤਮਾ ਦੇ ਨਾਲ ਯੀਸ਼ੂ ਮਸੀਹ ਭਰਿਆ ਆ, ਪਵਿੱਤਰ ਆਤਮਾ ਦੇ ਨਾਲ ਖੁਦਾ ਜਿਹੜਾ ਪਵਿੱਤਰ ਆਤਮਾ ਦੇ ਨਾਲ ਯੀਸ਼ੂ ਮਸੀਹ ਭਰੇ ਹੋਏ ਆ, ਤੇ ਬਾਈਬਲ ਦੇ ਵਿੱਚ ਲਿਖਿਆ ਹੁਣ ਸਿਰਫ ਸ਼ੈਤਾਨ ਉਹਦੀ ਕੀ ਲੈ ਰਿਹਾ ਆ। ਜੇ ਤੁਹਾਡੀ ਪ੍ਰੇਅਰ ਠੀਕ ਆ, ਤੁਸੀਂ ਕਹਿੰਦੇ ਜੇ ਦੁੱਖ ਕਿਉਂ ਆਇਆ, ਮੇਰੀ ਤੇ ਪ੍ਰੇਅਰ ਵੀ ਠੀਕ ਆ, ਉਹ ਦੁੱਖ ਨਹੀਂ ਆ, ਉਹ ਤੁਹਾਡਾ ਟੈਸਟ ਆ। ਕਹਿੰਦੇ ਮੈਂ ਤਾਂ 10 ਟਾਈਮ ਬਾਈਬਲ ਪੜ੍ਹਦਾ ਆ, ਫਿਰ ਦੁੱਖ ਕਿਉਂ ਨਹੀਂ ਜਾਂਦਾ, ਫਿਰ ਪਰੇਸ਼ਾਨੀ ਕਿਉਂ ਨਹੀਂ ਜਾਂਦੀ, ਉਹ ਤੁਹਾਡਾ ਟੈਸਟ ਆ। ਤੁਸੀਂ ਕਹਿੰਦੇ ਮੈਂ ਹਫ਼ਤੇ ਵਿੱਚ ਇੱਕ ਵਰਤ ਰੱਖਦੀ ਆ, ਰੱਖਦਾ ਆ, ਹਫ਼ਤੇ ਵਿੱਚ ਮਹੀਨੇ ਵਿੱਚ 2 ਵਰਤ ਰੱਖਦਾ ਆ, ਪ੍ਰੋਬਲਮ ਕਿਉਂ ਨਹੀਂ ਜਾਂਦੀ, ਸਮੱਸਿਆ ਕਿਉਂ ਨਹੀਂ ਜਾਂਦੀ, ਰੁਕਾਵਟਾਂ ਕਿਉਂ ਵੱਧ ਰਹੀਆਂ, ਸਿਰਫ ਤੁਹਾਡਾ ਉਹ ਕੀ ਆ, ਬੋਲੋ ਜੀਵਾਨੇ ਬੋਲੋ, ਉਹ ਤੁਹਾਡਾ ਕੀ ਆ। ਅੱਛਾ ਮੈਂ ਦਸਵੰਦ ਦਿੰਦਾ, ਪਾਸਾ ਮੈਂ ਸੇਵਾ ਕਰਦਾ, ਪ੍ਰੋਬਲਮ ਕਿਉਂ ਨਹੀਂ ਜਾਂਦੀ, ਮੁਸ਼ਕਲ ਕਿਉਂ ਨਹੀਂ ਜਾਂਦੀ, ਤਕਲੀਫ ਕਿਉਂ ਨਹੀਂ ਜਾਂਦੀ, ਉਹ ਤੁਹਾਡਾ ਕੀ ਆ। ਕਿਉਂਕਿ ਬਾਈਬਲ ਦੇ ਵਿੱਚ ਹੁਣੇ ਵਚਨ ਕੀ ਪੜਿਆ, ਆ ਅਗਵਾਈ ਦੇ ਨਾਲ, ਪਵਿੱਤਰ ਆਤਮਾ ਦੀ ਅਗਵਾਈ ਦੇ ਨਾਲ, ਪਵਿੱਤਰ ਆਤਮਾ ਦੇ ਨਾਲ ਭਰਪੂਰ, ਪਵਿੱਤਰ ਆਤਮਾ ਦੀ ਅਗਵਾਈ ਦੇ ਨਾਲ ਬਾਈਬਲ ਦੇ ਵਿੱਚ ਲਿਖਿਆ ਸ਼ੈਤਾਨ ਉਹਦੀ ਕੀ ਲੈਂਦਾ ਆ। ਬੋਲੋ ਸਰ, ਬੋਲੋ ਸ਼ੈਤਾਨ ਉਹਦੀ ਕੀ ਲੈਂਦਾ, ਉਹ ਖੁਦਾ ਜੇ ਉਹਨੇ ਯਿਸੂ ਨੂੰ ਨਹੀਂ ਛੱਡਿਆ ਤੇ ਉਹਨੇ ਤੁਹਾਨੂੰ ਵੀ। ਹੁਣ ਅੱਗੇ ਵਚਨ ਦੇ ਵਿੱਚ ਲਿਖਿਆ ਸ਼ੈਤਾਨ ਨੂੰ ਇਹ ਗੱਲ ਦਾ ਪਤਾ ਆ ਵੀ 40 ਦਿਨਾਂ ਤੋਂ ਇਹਨੇ ਕੁਛ ਨਹੀਂ ਖਾਧਾ, 40 ਦਿਨਾਂ ਤੋਂ ਇਹਨੂੰ, ਬੋਲੋ ਤੇ ਯਿਸੂ ਮਸੀਹ ਨੇ ਉਹਨੂੰ ਕਿਹਾ ਸੀ ਵੀ ਮੈਂ 40 ਦਿਨਾਂ ਤੋਂ ਨਹੀਂ ਖਾਧਾ। ਬੋਲੋ ਸ਼ੈਤਾਨ ਨੂੰ ਪਤਾ ਆ, ਉਹਨੂੰ ਪਤਾ ਆ ਜਿੱਦਾਂ ਤੁਹਾਨੂੰ ਪਤਾ ਆ ਮੈਂ ਆਪਣੇ ਬੇਟੇ ਦੇ ਅੱਗੇ ਕਿਹੜੀ ਚੀਜ਼ ਰੱਖਣੀ। ਗੁਆਂਢੀ ਕਹਿੰਦਾ ਤੇਰੇ ਮੁੰਡੇ ਨੂੰ ਭੁੱਖ ਲੱਗੀ ਰੋਟੀ ਦੇ, ਤੁਹਾਨੂੰ ਪਤਾ ਜਾਂ ਨਹੀਂ, ਇਸੇ ਤਰ੍ਹਾਂ ਦੇ ਨਾਲ ਤੁਹਾਨੂੰ ਪਤਾ ਮੇਰੀ ਬੇਟੀ ਨੂੰ ਕਿਹੜੀ ਚੀਜ਼ ਦੀ ਲੋੜ ਹੈ। ਇਸ ਤਰ੍ਹਾਂ ਸ਼ੈਤਾਨ ਨੂੰ ਪਤਾ ਆ, ਇਹ ਪ੍ਰੇਅਰ ਕਰ ਰਿਹਾ, ਇਹ ਪ੍ਰੇਅਰ ਬਹੁਤ ਜ਼ਿਆਦਾ ਆ, ਸ਼ੈਤਾਨ ਨੂੰ ਪਤਾ ਆ ਇਹਦੀ ਸੰਗਤੀ ਬਹੁਤ ਜ਼ਿਆਦਾ ਆ, ਸ਼ੈਤਾਨ ਨੂੰ ਪਤਾ ਇਹਦੀ ਫਾਸਟਿੰਗ ਬਹੁਤ ਜ਼ਿਆਦਾ ਆ, ਸ਼ੈਤਾਨ ਨੂੰ ਪਤਾ ਇਹ ਬੰਦਾ ਪਵਿੱਤਰਤਾਈ ਵਿੱਚ ਹੈ ਜਾਂ ਨਹੀਂ ਹੈ, ਉਹਨੂੰ ਪਤਾ ਆ ਕਿੱਥੇ ਮਾਰਨਾ। ਹੁਣ ਤੁਹਾਡੀ ਕਮਜ਼ੋਰੀ ਦਾ ਬੋਲੋ ਕੀ ਪਤਾ ਆ, ਬੋਲੋ ਸ਼ੈਤਾਨ ਨੂੰ ਮੇਰੀ ਕਮਜ਼ੋਰੀ ਦਾ ਪਤਾ ਆ, ਬੋਲੋ ਉੱਚੀ ਆਵਾਜ਼ ਨਾਲ ਬੋਲੋ,
शैतान पता है यीशु मसीह ने पिछले 40 दिनों तो रोटी नहीं खाती हुई, इसलिए सब तो पहली गल जो यीशु नु सब तो जरूरी चाहिदा सी, जो यीशु दे लई सब तो महत्वपूर्ण सी, शैतान ने सब तो पहला ओही गल रखी केड़ी रखी बोलो, क्योंकि तो उन्हों की ही शैतान पता होया ताडे अके चीज की रखनी, समझाई गल या नहीं, तेरी है भी गई, शैतान पता या मैं लाड़ी पा दे अके केरी चीज रखनी, शैतान पता मैं इस पैन दे अके केरी चीज रखनी, ओही चीज ताडे अके रखेगा जेरी ताडे लई बहुत ज्यादा जरूरी है, ते तुही ओ चीज जो ताडे सामने आएगी ना हम इधर ध्यान दे रखता भी इधर ध्यान दो, जो ओ चीज ताडे सामने आएगी ते ना चाहते होवे उन्हों की बोलो, ना चाहते होए भी की है मेरा गल, वैसे गोलगप्पा कोई खांदा होए तो मुंह दे विच की है किन्ना दे समझा दे, गोलगप्पा कोई खा रहा मुंह दे विच पानी साडे की है, शैतान नु पता है उन्हें मेरे अगे चीज इदां दी रखनी है जिथे ना चाहते होए भी मैं कहना यार कर दो बाद च वेखी जाएगी जो होए, बोलो कहते पंच सब समस्या ही इतना की पै गई तो बाहर निकलना की है, काम ही इतना का पै गया कि बाहर निकलना ही की ही, कोई एमरजेंसी इतना की पै गई कि बाहर निकलना की ही, यीशु मसीह के लिए उस समय मान लो 40 दिनों तो जिन्हें रोटी नहीं खाती और सामने रोटी रखोगे तो मुंह से की आएगा, तुम पिछले 40 दिनों तो रोटी नहीं खाती ताडे सामने अचार दे नाल ही रोटी मैं ताडे सामने रख दवा तो तुम कहना चार ही आ दो है ना, दिखोगे भी सब्जी दे डीप करोगे तुम बोलो करोगे, तुम कहना चार है ना चार ही आ दो, कई बार कैला दे विच सी मैं एक उस समय दे विच ना एक हड पेश वाले चौल जाने की पानी भी हों अभी तो पेश अलग कर देंगे वो नहीं इदा करते वो बिचे ही होंगे पानी भी बिचे होंगे तो चौल भी की है वो संडे दे संडे मिलता सी, तो साढ़े जिन्हें भी पंजाबी हाथियां तो उसे पानी वाले चौल कौन खाए हो जिदन वो बने उदन उदन ही रात बड़ी औखी होंगी सी साड़ी, फिर उस तो बाद की सवेरे सवेरे जाना आप सब्जी सुब्जी तो सारी खत्म हो जाती फिर उसे कुछ रोटियां उन्होंने जेरे जेरे हलवाई होंगे उन्होंने अपने रोटियां बनाई होंगी फिर अचार ही खा लेंगे कहते यार बड़ी रोटी स्वाद लगी होंगी अब वो स्वाद नहीं लग रही क्योंकि तू जिसलिए तेन जिसलिए तू प्याज के नाल भी रोटी खा के तू कहना मेरे लिए की है हूं शैतान ताडे अगे प्रॉब्लम ही इदा दी रख देंदा आ कहते नहीं यार एरे ए काम करना बहुत ही ज्यादा की हूं वेखो हूं तुसी बाइबल दे विच एक गल हूं लिखी हुई है शैतान की कहता है इन्हां पत्थरां नूं की कह बोलो, मान लो शैतान ताडे सामने कोई चीज रखे कौन रखे बोलो कौन शैतान सामने कोई चीज रखे जां मान लो शैतान ताडे प्रेयर करोगे तो जाओ पुत का इस्तेमाल करोगे दसो नहीं जो है वो दसो हूं बुद्ध ना ना मैं बुद्ध कही जाता तो हम बुद्ध ही बोली जाती ती की करोगे मान लो शैतान ताड़े की आ गया सामने आ गया ती बुद्ध का इस्तेमाल करोगे तो जा प्रेयर करोगे हा प्रेयर करोगे ना बोलो प्रेयर करोगे ना प्रेयर करोगे ती बुद्ध का इस्तेमाल नहीं करोगे क्योंकि है ही नहीं तो करिए हड़क जो है अही उ की हड़क दुआ है अभी तो दुआ ही की है, क्योंकि कोई गल आप
ਪੈਂਤੀਕੋਸਤ ਨੇ ਸਿੱਖੀ ਪ੍ਰੇਰਿਤ ਹੁਣ ਇੱਥੇ ਯੇਸ਼ੂ ਨੇ ਕੀ ਕੀਤਾ ਆ ਸ਼ੈਤਾਨ ਆ ਗਿਆ ਸ਼ੈਤਾਨ ਆ ਤਬਾ ਰੁਕ ਗਿਆ ਮੈਨੂੰ ਭਲਾ ਪ੍ਰੇਰ ਕਰ ਲੈਂਦੇ ਮੈਨੂੰ ਪਤਾ ਮੈਂ ਪ੍ਰੇਰ ਕਰਾਂਗਾ ਤੇ ਤੂੰ ਕੀ ਆ ਤੂੰ ਕੀ ਨਿਕਲ ਜਾਣਾ ਉਹਨੇ ਕਿਹਾ ਇਹਨਾਂ ਪੱਥਰਾਂ ਨੂੰ ਕਹਿ ਤੂੰ ਕੀ ਹੋ ਜਾ ਰੋਟੀ ਬਣ ਜਾ ਅੰਕਲ ਦਾ ਇਸਤੇਮਾਲ ਕੀਤਾ ਪੁੱਤ ਦਾ ਇਸਤੇਮਾਲ ਕੀਤਾ ਵੇਖੋ ਪ੍ਰੇਰ ਵੀ ਕੰਮ ਆਈ ਇੱਥੇ ਬਾਈਬਲ ਵੀ ਕੰਮ ਆਈ ਤੇ ਪੁੱਤ ਵੀ ਕੀ ਆਈ ਕੰਮ ਆਈ ਬਾਈਬਲ ਦੇ ਵਿੱਚ ਲਿਖਿਆ ਕਹਿੰਦਾ ਬਾਈਬਲ ਦੇ ਵਿੱਚ ਲਿਖਿਆ ਆ ਇਨਸਾਨ ਕੱਲਾ ਰੋਟੀ ਦੇ ਨਾਲ ਨਹੀਂ ਬੋਲੋ ਇੱਕੋ ਹੀ ਕੰਮ ਪ੍ਰੇਰ 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 ਅਕਲ ਦਾ ਨਹੀਂ ਇਸਤੇਮਾਲ ਕਰਨਾ ਬੁੱਧ ਦਾ ਨਹੀਂ ਇਸਤੇਮਾਲ ਕਰਨਾ ਤੁਹਾਡੇ ਸਾਹਮਣੇ ਇੱਕ ਕਦੀ ਨਾ ਸੋਚੋ ਕਿ ਸ਼ੈਤਾਨ ਮੇਰੇ ਸਾਹਮਣੇ ਉਹ ਚੀਜ਼ ਰੱਖੇ ਜਿਸ ਤੋਂ ਮੈਂ ਭੱਜ ਜਾਵਾਂਗਾ ਸ਼ੈਤਾਨ ਨੇ ਤੁਹਾਡੇ ਸਾਹਮਣੇ ਉਹ ਚੀਜ਼ ਰੱਖਣੀ ਮਜਬੂਰ ਹੋ ਜਾਣਾ ਗੋਡੇ ਟੇਕ ਲੈਣੇ ਆ ਨਹੀਂ ਇਹ ਮੇਰੇ ਲਈ ਕੰਮ ਬਹੁਤ ਹੀ ਜ਼ਿਆਦਾ ਕੀ ਹੈ ਸਦਰਕ ਮਿਸ ਅਬਦਨਗੋ ਦੇ ਅੱਗੇ ਮੂਰਤੀ ਨੂੰ ਰੱਖ ਦਿੱਤਾ ਲੋਕੀ ਦੂਜੇ ਲੋਕੀ ਜਿਹੜੇ ਵਿਸ਼ਵਾਸੀ ਸੀ ਮਜਬੂਰ ਹੋ ਗਏ ਕਹਿੰਦਾ ਨਹੀਂ ਯਾਰ ਮੱਥਾ ਟੇਕਣਾ ਹੀ ਪੈਣਾ ਅਸੀਂ ਆਪਣੇ ਪਰਿਵਾਰ ਨੂੰ ਬਚਾਉਣਾ ਆ ਮੱਥਾ ਟੇਕਣਾ ਪੈਣਾ ਕਿ ਅਸੀਂ ਜਿੰਦੇ ਰਹਿਣਾ ਮੱਥਾ ਟੇਕਣਾ ਪੈਣਾ ਆ ਬਾਈਬਲ ਦੇ ਵਿੱਚ ਕਿਹਾ ਕਿ ਮੈਂ ਯਹੋਵਾ ਤੇਰੇ ਕੀ ਆ ਕਹਿੰਦਾ ਬਾਈਬਲ ਦੇ ਵਿੱਚ ਲਿਖਿਆ ਵੀ ਉਹਨਾਂ ਨੂੰ ਅੱਗ ਉਹਨਾਂ ਨੂੰ ਸਮੁੰਦਰ ਵਿੱਚੋਂ ਬਾਹਰ ਕੱਢ ਸਕਦਾ ਆ ਕਹਿੰਦਾ ਬਾਈਬਲ ਦੇ ਵਿੱਚ ਲਿਖਿਆ ਕਿ ਸਾਨੂੰ ਅੱਗ ਵਿੱਚੋਂ ਵੀ ਕੀ ਕੱਢੇਗਾ ਕੀ ਕੰਮ ਕਾਇਆ ਜੋ ਜੋ ਵਚਨ ਪੜਿਆ ਸੀ ਉਹਦੇ ਕੀ ਆਏ ਜੋ ਪਿਛਲੀਆਂ ਗੱਲਾਂ ਜਿਹੜੀਆਂ ਟੈਸਟਾਂ ਬਣੀਆਂ ਸੀ ਅਸਦ ਉਹ ਕੀ ਆਈਆਂ ਕੰਮ ਆਈਆਂ ਬਾਈਬਲ ਵਿੱਚ ਲਿਖਿਆ ਸ਼ੈਤਾਨ ਨੂੰ ਪਤਾ ਯੇਸ਼ੂ ਨੂੰ ਭੁੱਖ ਲੱਗੀ ਆ ਉਹਨੇ ਸਭ ਤੋਂ ਪਹਿਲਾਂ ਕੰਮ ਕੀ ਕੀਤਾ ਯੇਸ਼ੂ ਮਸੀਹ ਦੇ ਅੱਗੇ ਕੀ ਰੱਖੀ ਅੱਜ ਤੁਹਾਨੂੰ ਪਤਾ ਇਨਸਾਨ ਦੇ ਲਈ ਵਿਸ਼ਵਾਸੀ ਛੱਡ ਦਿਓ ਠੀਕ ਹੈ ਇਨਸਾਨ ਕੱਲਾ ਇੱਕ 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 ਇਨਸਾਨ ਦੇ ਲਈ ਤਿੰਨ ਚੀਜ਼ਾਂ ਕੀ ਜ਼ਰੂਰੀ ਹੈ ਰੋਟੀ ਕੱਪੜਾ ਮਕਾਨ ਰੋਟੀ ਕੱਪੜਾ ਤੇ ਮਕਾਨ ਜਦ ਕਿ ਇੱਕ ਵਿਅਕਤੀ ਕਹਿੰਦਾ ਮੈਨੂੰ ਰੋਟੀ ਮਿਲਣੀ ਚਾਹੀਦੀ ਆ ਮੇਰੇ ਸੋਹਣੇ ਕੱਪੜੇ ਹੋਣੇ ਚਾਹੀਦੇ ਆ ਤੇ ਸਾਰੀਆਂ ਚੀਜ਼ਾਂ ਦਾ ਅਧਿਕਾਰ ਕੀ ਆ ਮੇਰੇ ਕੋਲ ਕੀ ਹੈ ਇਹ ਤਿੰਨ ਚੀਜ਼ਾਂ ਇਨਸਾਨ ਦੇ ਲਈ ਬਹੁਤ ਜ਼ਿਆਦਾ ਕੀ ਜ਼ਰੂਰੀ ਆ ਹੁਣ ਵੇਖੋ ਸ਼ੈਤਾਨ ਕਿੱਥੇ ਕਿੱਥੇ ਅਟੈਕ ਕਰਦਾ ਪਹਿਲਾਂ ਅਟੈਕ ਉਹਨੇ ਕੀਤਾ ਤੁਹਾਡੀ ਰੋਟੀ ਤੇ ਕਿੱਥੇ ਅਟੈਕ ਕੀਤਾ ਸ਼ੈਤਾਨ ਨੇ ਤੁਹਾਡੀ ਰੋਟੀ ਤੇ ਕੀ ਕੀਤਾ ਕਹਿੰਦਾ ਚਰਚ ਛੱਡ ਐਤਵਾਰ ਨਾ ਜਾ ਚਰਚ ਕੋਈ ਗੱਲ ਨੀ ਤੂੰ ਪਹਿਲਾਂ ਰੋਟੀ ਦੇ ਲਈ ਤੂੰ ਕੀ ਕਰ ਬੋਲੋ ਤੂੰ ਰੋਟੀ ਲਈ ਤੂੰ ਕੀ ਕਰ ਕੰਮ ਕਰ ਜਾਂ ਤੂੰ ਆਪਣੇ ਘਰ ਦਾ ਤੂੰ ਕੀ ਕਰ ਕੰਮ ਕਰ ਜਾਂ ਤੂੰ ਆਪਣੇ ਹੋਰ ਕੋਈ ਜਿਹੜਾ ਐਤਵਾਰ ਦਾ ਛੁੱਟੀ ਦਾ ਲੈਣੇ ਆ ਜਾਂ ਹੋਰ ਕੀ ਜਿਹੜੇ ਤੇਰੇ ਪਿਛਲੇ ਰਹਿ ਗਏ ਕੰਮ ਤੂੰ ਉਹਨਾਂ ਕੰਮਾਂ ਨੂੰ ਤੂੰ ਐਤਵਾਰ ਤੂੰ ਕੀ ਕਰ ਦੂਜੀ ਗੱਲ ਪੜ੍ਹੀ ਕੀ ਲਿਖੀ ਹੋਈ ਆ ਛੇ ਆ ਤੋਂ ਪੜ੍ਹੀ ਤੇ ਪੰਜ ਤੋਂ ਸ਼ੁਰੂ ਕਰਿਓ ਸ਼ੈਤਾਨ ਨੇ ਉਹਨੂੰ ਉੱਚੀ ਥਾਂ ਲੈ ਗਿਆ ਕਿ ਉਹਨੂੰ ਦੁਨੀਆ ਦੀਆਂ ਸਾਰੀਆਂ ਪਾਤਸ਼ਾਹੀਆਂ ਇੱਕ ਪਲ ਵਿੱਚ ਵਿਖਾਈਆਂ ਓਕੇ ਤਾਂ ਕੀ ਪੜਿਆ ਸ਼ੈਤਾਨ ਨੂੰ ਇੱਕ ਉੱਚੀ ਜਗ੍ਹਾ ਤੇ ਬੋਲੋ ਕੀ ਪੜਿਆ ਸ਼ੈਤਾਨ ਉਹਨੂੰ ਕੀ ਲੈ ਗਿਆ ਉੱਚੀ ਜਗ੍ਹਾ ਤੇ ਲੈ ਗਿਆ ਕਿੱਥੇ ਕੀ ਆ ਸਾਰੀਆਂ ਪਾਤਸ਼ਾਹੀਆਂ ਕੀ ਆ ਦਿਖਾਈਆਂ ਤੇ ਕੀ ਕਿਹਾ ਗਿਆ ਕਹਿੰਦਾ ਉੱਚੀ ਜਗ੍ਹਾ ਦੇ ਉੱਤੇ ਲੈ ਕੇ ਕਹਿੰਦਾ ਜੋ ਕੁਛ ਵੀ ਦੇਖਦਾ ਨਾ ਮੈਂ ਸਾਰਾ ਕੀ ਕਰਾਂਗਾ ਬੋਲੋ ਜੋ ਕੁਛ ਵੀ ਦੇਖਦਾ ਸਾਰਾ ਕੁਛ ਮੈਂ ਤੈਨੂੰ ਕੀ ਹੈ ਜੇ ਅੱਜ ਮੇਰੇ ਸਾਹਮਣੇ ਇਹ ਆਫਰ ਆ ਜਾਵੇ ਪਰ ਸਭ ਜਿੰਨੀ ਜਗ੍ਹਾ ਮਿਲਦੀ ਹੈ ਸਾਰੀ ਜਗ੍ਹਾ ਮੈਂ ਤੁਹਾਨੂੰ ਕੀ ਕਰ ਦੇਵਾਂਗਾ ਅਸੀਂ ਕੀ ਕਰਾਂਗੇ ਬੋਲੋ ਫ੍ਰੀ ਦੇ ਵਿੱਚ ਜਗ੍ਹਾ ਮਿਲਦੀ ਮੈਨੂੰ ਹੋਰ ਕੀ ਚਾਹੀਦਾ ਪ੍ਰੇਅਰ ਬਾਅਦ ਚ ਵੇਖਾਂਗੇ ਦੁਆ ਬਾਅਦ ਚ ਵੇਖਾਂਗੇ ਸੰਗਤੀ ਵੇਖਾਂਗੇ 2 ਕਰੋੜ ਰੁਪਏ ਦੀ ਕੋਠੀ ਕੀ ਆ 5 ਕਰੋੜ ਰੁਪਏ ਦੀ ਕੋਠੀ ਕੀ ਆ ਮੈਂ ਸਾਰੀ ਦੁਨੀਆਂ ਦਾ ਪਾਤਸ਼ਾਹ ਬਣ ਜਾਣਾ ਆ ਇਹ ਸ਼ੈਤਾਨ ਮੈਨੂੰ ਆਫਰ ਦੇ ਰਿਹਾ ਆ ਜੋ ਕੁਛ ਵੀ ਤੈਨੂੰ ਦੇਖਦਾ ਹੋਇਆ ਨਾ ਇਹ ਸਾਰਾ ਤੈਨੂੰ ਕੀ ਕਰ ਦੇਵਾਂਗਾ ਕਿਹੜਾ ਬੰਦਾ ਪਿੱਛੇ ਹਟੇਗਾ ਮੈਨੂੰ ਇਹ ਦੱਸੋ ਹੁਣ ਸ਼ੈਤਾਨ ਦੇ ਆਫਰ ਕਦੇ ਵੀ ਮਤੇ ਨਹੀਂ ਜੇ ਹੁੰਦੇ ਵਿਸ਼ਵਾਸੀਆਂ ਦੇ ਲਈ ਖਾਸ ਕਰਕੇ ਵਿਸ਼ਵਾਸੀਆਂ ਦੇ ਕਦੇ ਆਫਰ ਸ਼ੈਤਾਨ ਨੇ ਮਾਰੇ ਨਹੀਂ ਆ ਵਿਸ਼ਵਾਸੀਆਂ ਦੇ ਲਈ
ਉਹ ਹਮੇਸ਼ਾ ਬੈਸਟ ਆਫਰ ਜਿਹੜਾ ਵਿਸ਼ਵਾਸੀਆਂ ਨੂੰ ਦਿੰਦਾ ਆ। ਯਿਸੂ ਨੂੰ ਬੈਸਟ ਆਫਰ ਮਿਲਿਆ, ਕਹਿੰਦਾ ਰੋਟੀ ਖਾ ਲਾ, ਤੈਨੂੰ ਪਤਾ ਕਹਿੰਦਾ ਤੈਨੂੰ ਭੁੱਖ ਕੀ ਲੱਗੀ ਹੋਈ ਹੈ। ਦੂਜੀ ਗੱਲ ਵੇਖੋ ਕਿੱਥੇ ਲੈ ਕੇ ਗਿਆ, ਉੱਚੀ ਜਗ੍ਹਾ ਦੇ ਉੱਤੇ ਲੈ ਕੇ ਗਿਆ, ਕਹਿੰਦਾ ਜਾ ਸਾਰਾ ਕੁਛ ਮੈਂ ਬਿਨਾਂ ਵੋਟਾਂ ਤੋਂ ਤੈਨੂੰ ਮੈਂ ਦੇ ਦਾਂਗਾ, ਪੂਰਾ ਇੰਡੀਆ ਕਹਿੰਦਾ ਤੇਰਾ ਹੋ ਜਾਏਗਾ, ਪੂਰਾ ਵਰਲਡ ਲਿਖਿਆ ਤੇਰਾ। ਕੀ ਅੱਗੇ ਅੱਗੇ ਵਚਨ ਪੜ੍ਹੀ ਲਿਖਿਆ ਹੋਇਆ, ਅਤੇ ਉਹਨੂੰ ਆਖਿਆ ਮੈਂ ਇਹ ਸਾਰਾ ਅਖਤਿਆਰ ਅਤੇ ਉਹਨਾਂ ਦੀ ਪੜਕ ਤੈਨੂੰ ਦਿਆਂਗਾ, ਕਿਉਂ ਜੋ ਇਹ ਮੇਰੇ ਵਸ ਵਿੱਚ ਹੈ। ਕੀ ਕਹਿੰਦਾ, ਇਹ ਸਭ ਕੁਛ ਦੁਨੀਆਂ ਦੀਆਂ ਸਾਰੀਆਂ ਚੀਜ਼ਾਂ ਕਿਹੜੇ ਆ, ਸਾਰਾ ਕੁਛ ਤੈਨੂੰ ਮੈਂ ਫ੍ਰੀ ਦੇ ਵਿੱਚ ਕੀ ਕਰਾਂਗਾ। ਅਸੀਂ ਤੇ ਧਣੀਆਂ ਨੀ ਛੱਡਦੇ, ਫ੍ਰੀ ਦੇ ਵਿੱਚ ਐਡਾ ਵੱਡਾ ਪਾਤਸ਼ਾਹ ਮਿਲਣ ਦਾ ਉਹ ਕਿੱਥੋਂ ਛੱਡਾਂਗੇ ਆਪਾਂ। ਸਮਝਾਈ ਗੱਲ ਜਾਂ ਨਹੀਂ? ਕਿੰਨਾ ਗੱਲ ਸਮਝ ਵਿੱਚ ਆਈ ਹੈ? ਫ੍ਰੀ ਦੇ ਵਿੱਚ ਆਫਰ ਕੋਈ ਵੀ ਮਾੜਾ ਨਹੀਂ ਹੁੰਦਾ, ਪਰ ਵਿਸ਼ਵਾਸੀਆਂ ਦੇ ਲਈ ਜਿਹੜਾ ਸ਼ੈਤਾਨ ਦੇ ਵੱਲੋਂ ਇੱਦਾਂ ਦੇ ਆਫਰ ਹਮੇਸ਼ਾ ਹੀ ਮਾੜੇ ਹੁੰਦੇ। ਹੁਣ ਤੁਸੀਂ ਇੱਕ ਗੱਲ ਵੇਖੋ, ਇੱਕ ਵਿਸ਼ਵਾਸੀ ਨੂੰ ਆਫਰ ਕੀ ਦਿੱਤਾ ਜਾ ਰਿਹਾ, ਪ੍ਰਭੂ ਯਿਸੂ ਮਸੀਹ ਨੂੰ ਆਫਰ ਕੀ ਦਿੱਤਾ ਜਾ ਰਿਹਾ, ਇਹ ਸਾਰਾ ਕੁਛ ਮੈਂ ਤੈਨੂੰ ਕੀ ਕਰ ਦਿੰਦਾ ਹੈ, ਇਹ ਸਾਰਾ ਕੁਛ ਤੈਨੂੰ ਮੈਂ ਕੀ ਆ। ਹੁਣ ਇਹ ਗੱਲ ਤੁਸੀਂ ਵੇਖੋ, ਤੁਹਾਨੂੰ ਵੀ ਸ਼ੈਤਾਨ ਵੱਡੇ ਵੱਡੇ ਆਫਰ ਦਿਖਾਉਂਦਾ ਹੋਵੇਗਾ, ਮੈਂ ਤੈਨੂੰ ਇਹ ਕਰ ਦੇਵਾਂਗਾ, ਮੈਂ ਤੈਨੂੰ ਆਹ ਦੇ ਦੇਵਾਂਗਾ, ਮੈਂ ਤੈਨੂੰ ਆਹ ਦੇ ਦੇਵਾਂਗਾ, ਮੈਂ ਤੈਨੂੰ ਆਹ ਦੇ ਦੇਵਾਂਗਾ, ਮੈਂ ਤੈਨੂੰ ਆਹ ਦੇਵਾਂਗਾ। ਬਾਈਬਲ ਦੀ ਸ਼ੁਰੂਆਤ ਦੀਆਂ ਕਿਤਾਬਾਂ ਪੜ੍ਹੋ, ਬਾਈਬਲ ਦੇ ਵਿੱਚ ਲਿਖਿਆ ਮਨੁੱਖ ਨੂੰ ਹਰ ਇੱਕ ਚੀਜ਼ ਦੇ ਉੱਤੇ ਕੀ ਬਣਾਇਆ, ਬਣਾਇਆ ਜਾਂ ਨਹੀਂ ਬਣਾਇਆ? ਆਦਮ ਹਵਾ ਨੂੰ ਕੀ ਕਿਹਾ ਗਿਆ ਸੀ, ਸਾਰੀਆਂ ਚੀਜ਼ਾਂ ਜਿੰਨੀਆਂ ਵੀ ਧਰਤੀ ਦੀਆਂ ਹੋਣਗੀਆਂ ਉਹਨਾਂ ਸਾਰਿਆਂ ਉੱਤੇ ਤੇਰਾ ਕੀ ਹੋਵੇਗਾ। ਪਰ ਪ੍ਰੇਰ ਆ ਬੁੱਧ ਤੇ ਹੈ, ਪ੍ਰਾਰਥਨਾ ਆ ਅਕਲ ਤੇ ਹੈ। ਇਸ ਲਈ ਸਮਝਦਾ ਕੀ ਲੈਣਾ ਹੈ, ਇਸਤੇਮਾਲ ਕਰਨਾ। ਆਫਰ ਬੇਸ਼ਕ ਤੁਹਾਨੂੰ ਵਧੀਆ ਮਿਲਦਾ ਹੋਵੇ ਸ਼ੈਤਾਨ ਦੇ ਵੱਲੋਂ, ਉਹ ਕਹਿੰਦਾ ਹੋਵੇਗਾ ਛੱਡ ਪੜਾ, ਅੱਜ ਆਪਣੇ ਘਰ ਦਾ ਕੰਮ ਕੁੰਮ ਕਰ ਲਾ, ਅੱਜ ਤੂੰ ਇਹ ਕੰਮ ਕਰ ਲਾ, ਆਪਣਾ ਇਹ ਕੰਮ ਕਰ ਲਾ। ਪਰ ਇੱਕ ਗੱਲ ਵੇਖੋ, ਜਿਹੜਾ ਆਫਰ ਸ਼ੈਤਾਨ ਦੇ ਵੱਲੋਂ ਤੁਸੀਂ ਕਰਦੇ ਜੋ ਥੋੜੇ ਸਮੇਂ ਦਾ ਮਿਲੇਗਾ ਤੁਹਾਨੂੰ, ਉਹਦੇ ਵਿੱਚ ਸ਼ਾਂਤੀ ਨਹੀਂ ਮਿਲੇਗੀ। ਤੁਸੀਂ ਹੁਣ ਇੱਕ ਗੱਲ ਤੁਸੀਂ ਮੈਨੂੰ ਵੇਖ ਦੱਸਿਓ, ਤੀ ਕਈ ਸੰਡੇ ਚਰਚ ਨਹੀਂ ਆਉਂਦੇ, ਕਈ ਲੋਕੀ ਸੰਡੇ ਚਰਚ ਨਹੀਂ ਆਉਂਦੇ, ਹੈਨਾ? ਜਦੋਂ ਉਹ ਸੰਡੇ ਚਰਚ ਨਹੀਂ ਆਉਂਦੇ, ਉਹਨਾਂ ਨੂੰ ਕਿਤੇ ਨਾ ਕਿਤੇ ਤੇ ਇਹ ਗੱਲ ਦਾ ਅਹਿਸਾਸ ਹੁੰਦਾ ਕਿ ਅੱਜ ਮੈਂ ਕੀ ਕੀਤਾ, ਮੈਂ ਸੰਡੇ ਕੀ ਕੀਤਾ, ਯਾਨੀ ਕਿ ਗਲਤੀ ਕਰ ਲਈ ਆ, ਫਿਰ ਕੀ ਹੋ ਰਿਹਾ, ਅਹਿਸਾਸ ਹੋ ਰਿਹਾ। ਇਸ ਲਈ ਸ਼ੈਤਾਨ ਦਾ ਆਫਰ ਥੋੜੇ ਸਮੇਂ ਦੇ ਲਈ ਆ, ਗੋਬਲ ਕੰਮ ਖਾਓ, ਮਿੰਟਾਂ ਬਾਅਦ ਮੂੰਹ ਕੀ ਰਹੇਗਾ, ਕੀ ਰਹੇਗਾ, ਕੀ ਰਹੇਗਾ, ਮਿੱਠਾ, ਉਸ ਤੋਂ ਬਾਅਦ ਚੋਂ ਕੀ ਹੋਏਗਾ। ਐ ਪਰ ਮੰਨ ਲਓ ਤੁਸੀਂ 2 ਘੰਟੇ ਤੱਕ ਕੰਮ ਕਰ ਦਿੱਤਾ, ਇੱਕ ਟਾਈਮ ਦੀ ਪ੍ਰੇਅਰ ਸੰਗਤੀ ਮਿਸ ਕਰ ਦਿੱਤੀ, ਇੱਕ ਟਾਈਮ ਦੀ ਆਰਾਧਨਾ ਮਿਸ ਕਰ ਦਿੱਤੀ, 4 ਘੰਟੇ ਮੰਨ ਲਓ ਤੁਸੀਂ ਕੰਮ ਕਰ ਦਿੱਤਾ, ਉਸ ਤੋਂ ਬਾਅਦ ਇੱਕ ਤੁਹਾਨੂੰ ਪਛਤਾਵਾ ਰਹੇਗਾ, ਯਾਰ ਮੈਂ ਸੰਡੇ ਮਿਸ ਕਿਉਂ ਕੀਤਾ, ਮੈਂ ਪ੍ਰੇਅਰ ਕਿਉਂ ਨਹੀਂ ਕੀਤੀ, ਮੈਂ ਸੰਗਤੀ ਕਿਉਂ ਨਹੀਂ ਕੀਤੀ, ਮੈਂ ਵਰਤ ਕਿਉਂ ਨਹੀਂ ਰੱਖਿਆ, ਮੈਂ ਸ਼ਰਬਾਨੀ ਦੇ ਵਿੱਚ ਸ਼ਾਮਿਲ ਕਿਉਂ ਨਹੀਂ ਹੋਇਆ। ਕਿਉਂਕਿ ਸ਼ੈਤਾਨ ਦੇ ਆਫਰ ਹਮੇਸ਼ਾ ਥੋੜੇ ਟਾਈਮ ਦੇ ਲਈ ਹੁੰਦੇ ਆ, ਉਹ ਜਿਸ ਰਾਹ ਤੋਂ ਤੁਸੀਂ ਜਾਂਦੇ ਜੀ ਉਸ ਰਾਹ ਤੋਂ ਤੁਹਾਨੂੰ ਹਟਾਉਣਾ ਚਾਹੁੰਦਾ ਆ। ਤੀਸਰਾ ਆਫਰ ਸ਼ੈਤਾਨ ਨੇ ਪ੍ਰਭੂ ਯਿਸੂ ਮਸੀਹ ਨੂੰ ਕੀ ਦਿੱਤਾ, ਪੜੋ ਇਹਦੀ 7 ਐਤ। ਸੋ ਜੇ ਤੂੰ ਮੇਰੇ ਅੱਗੇ ਮੱਥਾ ਟੇਕੇ ਤਾਂ ਸਭੋ ਕੁਝ ਤੇਰਾ ਹੋਵੇਗਾ। ਕੀ ਕਹਿੰਦਾ, ਕਹਿੰਦਾ ਮੇਰੇ ਅੱਗੇ ਮੱਥਾ ਤੂੰ ਕੀ ਕਰ ਲਾ, ਸਾਰਾ ਕੁਛ ਕੀ ਆ। ਹੁਣ ਵੇਖੋ, ਸਾਡੇ ਮੱਥਾ ਟੇਕਣ ਦੇ ਨਾਲ ਜੇ ਮੈਨੂੰ ਭਲਾ ਹੁੰਦਾ ਤੇ ਮੇਰੇ ਮੱਥਾ ਟੇਕਣ ਵਿੱਚ ਮੇਰਾ ਕੀ ਜਾਂਦਾ, ਹਾਂ ਜਾਂ ਨਾ, ਬੋਲੋ ਬੋਲੋ। ਜੇ ਮੇਰਾ ਇਸ ਚੀਜ਼ ਨੂੰ ਮੱਥਾ ਟੇਕਣ ਦੇ ਨਾਲ ਮੇਰਾ ਭਲਾ ਹੋ ਰਿਹਾ, ਮੇਰੇ ਪਰਿਵਾਰ ਦਾ ਭਲਾ ਹੁੰਦਾ, ਤੇ ਮੈਨੂੰ ਮੱਥਾ ਟੇਕਣ ਦੇ ਵਿੱਚ ਕੋਈ ਚੁਬੀ ਨਹੀਂ ਜਾਏਗਾ। ਸ਼ੈਤਾਨ ਕੀ ਕਹਿੰਦਾ, ਕਹਿੰਦਾ ਮੈਨੂੰ ਮੱਥਾ ਟੇਕ ਲਾ, ਤੇਰਾ ਸਾਰਾ ਕੁਛ ਕੀ ਠੀਕ ਹੋ ਜਾਏਗਾ। ਅੱਗੇ ਅੱਗੇ ਵਚਨ ਪੜ੍ਹੀਏ, ਯਿਸੂ ਨੇ ਉਹਨੂੰ ਉੱਤਰ ਦਿੱਤਾ, ਜੋ ਲਿਖਿਆ ਹੈ ਭਈ ਤੂੰ ਆਪਣੇ ਪ੍ਰਭੂ ਪਰਮੇਸ਼ਵਰ ਨੂੰ ਮੱਥਾ ਟੇਕ
ਅਤੇ ਉਸੇ ਇਕੱਲੇ ਦੀ ਉਪਾਸਨਾ ਕਰ। ਬੋਲੇ ਹਾਲੇਲੂਯਾ। ਕਹਿੰਦਾ ਕਿਉਂਕਿ ਬਾਈਬਲ ਦੇ ਵਿੱਚ ਲਿਖਿਆ ਆ ਤੂੰ ਆਪਣੇ ਖੁਦਾ ਦੇ ਅੱਗੇ ਮੱਥਾ ਟੇਕ, ਆਪਣੇ ਖੁਦਾ ਤੋਂ ਬਗੈਰ ਹੋਰ ਕਿਸੇ ਦੇ ਅੱਗੇ ਕੀ ਮੱਥਾ ਨਹੀਂ ਟੇਕਣਾ, ਤੋਰੀ ਆਰਾਧਨਾ ਕਰ, ਤੋਰੀ ਸਤੁਤੀ ਕਰ, ਉਹ ਤੇਰੀ ਹਰ ਇੱਕ ਚੀਜ਼ ਦੇ ਵਿੱਚ ਕੀ ਦੇਵੇਗਾ, ਬਰਕਤ ਦੇਵਾਂਗਾ। ਅਸੀਂ ਸੋਚਦੇ ਹਾਂ ਕਦੇ ਨਾਲ ਬਰਕਤ ਆ ਜਾਂਦੀ ਆ, ਬੋਲੋ ਇੱਧਰ ਧਿਆਨ ਦੇਈਏ, ਅਸੀਂ ਕੀ ਸੋਚਦੇ ਹਾਂ ਮੱਥਾ ਟੇਕਣ ਦੇ ਨਾਲ ਕੀ ਆ, ਇਹ ਗੱਲ ਨੂੰ ਮੰਨਦੇ ਜਾਂ ਨਹੀਂ ਮੰਨਦੇ? ਤੁਸੀਂ ਵਿਸ਼ਵਾਸੀ ਨੇ, ਵਿਸ਼ਵਾਸੀ ਥੋੜਾ ਇੱਧਰ ਹੋਇਆ ਕਰੋ, ਮੈਨੂੰ ਪਤਾ ਤੁਹਾਡਾ ਹੁਣ ਕਿੱਦਾਂ ਦਿੱਤੀ। ਵਿਸ਼ਵਾਸੀ ਨੇ ਆਪਣੇ ਕਹਿਣਾ ਜੇ ਅਜੇ ਨਹੀਂ, ਨੋਰਮਲ ਇਨਸਾਨ ਆਪਾਂ, ਸਾਨੂੰ ਪਤਾ ਹੈ ਵੀ ਮੱਥਾ ਟੇਕਣ ਦੇ ਨਾਲ ਕੀ ਆ, ਬੋਲੋ ਮੱਥਾ ਟੇਕਣ ਦੇ ਨਾਲ ਕੀ ਆ ਜਾਂਦੀ ਆ, ਹੈਨਾ ਨਾਲ ਕੀ ਆ। ਜੇ ਮੈਨੂੰ ਪਤਾ ਵੀ ਮੇਰੇ ਮੱਥਾ ਟੇਕਣ ਨਾਲ ਬਰਕਤ ਆਉਂਦੀ ਤੇ ਮੈਂ ਤਾਂ ਚੁੱਕਾ ਹੀ ਨਾ ਫਿਰ, ਸਮਝਾਈ ਗੱਲ ਜਾਂਦੀ, ਮੈਂ ਤਾਂ ਫਿਰ ਪਤਾ ਨਹੀਂ ਕਿੰਨਾ ਚਿਰ ਝੁੱਕਦੇ ਜੇ ਮੱਥਾ, ਕਿੰਨਾ ਚਿਰ ਟੁੱਕਦੇ, ਦੋ ਮਿੰਟ ਪਤਾ ਨਹੀਂ, ਇੱਥੇ ਵੀ ਨੀ ਕੁਛ ਹੋਣਾ ਉੱਠਣਾ ਹੀ ਕੀ, ਸਮਝਾਈ ਗੱਲ ਜਾਂ ਬਰਕਤ ਆਈ ਆ ਤੇ ਮੈਂ ਤੂੰ ਮੱਥਾ ਹੀ ਇੰਨਾ ਲਾ ਲਾ, ਥੱਲੇ ਲਾ ਲਾ, ਪੱਕਾ ਹੀ ਫਿਕਸ ਕਰ ਦਵਾਂ, ਨਹੀਂ ਮਿਲਦੀ ਬਰਕਤ, ਨਹੀਂ ਮੱਥਾ ਟੇਕਣ ਦੇ ਨਾਲ। ਬਾਈਬਲ ਕੀ ਗੱਲ ਕਹਿੰਦੀ, ਕਹਿੰਦੀ ਉਪਾਸਨਾ ਦੇ ਨਾਲ ਕੀ ਆਉਂਦੀ, ਬਰਕਤ ਆਉਂਦੀ, ਆਰਾਧਨਾ ਦੇ ਨਾਲ ਰੋਟੀ ਵਿੱਚ ਬਰਕਤ ਆਉਂਦੀ ਆ, ਆਰਾਧਨਾ ਕਰਨ ਦੇ ਨਾਲ ਪਾਣੀ ਵਿੱਚ ਬਰਕਤ ਆਉਂਦੀ ਆ, ਆਰਾਧਨਾ ਕਰਨ ਦੇ ਨਾਲ ਲਿਖਿਆ ਤੇਰੇ ਸਰੀਰ ਦੇ ਵਿੱਚ ਬਿਮਾਰੀਆਂ ਜਾਂਦੀਆਂ, ਮੱਥਾ ਟੇਕਣ ਦੇ ਨਾਲ ਬਿਮਾਰੀਆਂ ਨਹੀਂ ਜਾਂਦੀਆਂ, ਬੋਲੋ ਹਾਲੇਲੂਯਾ। ਕਿੰਨਾ ਨੂੰ ਸਮਝ ਆਈ ਗੱਲ, ਮੱਥਾ ਟੇਕਣ ਦੇ ਨਾਲ ਹੁੰਦਾ ਤੇ ਮੇਰੀ ਗੱਲ ਮੰਨ ਲਿਓ, ਪੱਕਾ ਜ਼ਮੀਨ ਦੇ ਨਾਲ ਲਾ ਲਓ, ਬਰਕਤਾਂ ਦੇ ਉੱਤੇ ਬਰਕਤਾਂ ਕੀ ਆ ਆਉਂਦੀਆਂ ਰਹਿਣਗੀਆਂ। ਜਿਹੜਾ ਕੋਈ ਇੱਦਾਂ ਦਾ ਨਾ ਮੱਥਾ ਟੇਕਣ ਵਾਲੇ, ਇੱਕ ਵਾਰ ਤੁਹਾਨੂੰ ਵੀ ਇਹ ਗੱਲ ਕਹਿ ਦੋ ਜੇ ਭਾਈ ਜੇ ਮੱਥਾ ਟੇਕ ਬਰਕਤਾਂ ਆਉਂਦੀਆਂ ਤਾਂ ਤੂੰ ਚੁੱਕਿਆ ਰਿਹਾ, ਤੇਰਾ ਖੜੇ ਹੋਣ ਦਾ ਕੋਈ ਫਾਇਦਾ ਨਹੀਂ ਆ, ਕਿਉਂਕਿ ਜਿੰਨਾ ਤੂੰ ਚੁੱਕੇਗਾ, ਜਿੰਨਾ ਤੂੰ ਮੱਥਾ ਟੇਕੇਗਾ, ਬਰਕਤਾਂ ਆਉਂਦੀਆਂ ਕੀ ਆ। ਜਿੰਨਾ ਚੰਗੀ ਗੱਲ ਵੀ ਆਪਾਂ ਮੱਥੇ ਟੇਕਦੇ ਕੀ, ਪਰ ਸਾਡੀ ਬਾਈਬਲ ਕੀ ਦੱਸਦੀ ਆ, ਮੱਥਾ ਸਿਰਫ ਖੁਦਾ ਤੋਂ ਬਗੈਰ, ਪਰਮਾਤਮਾ ਤੋਂ ਬਗੈਰ ਹੋਰ ਕਿਸੇ ਦੇ ਅੱਗੇ ਤੂੰ ਮੱਥਾ ਨਹੀਂ ਟੇਕਣਾ, ਤੇਰੀ ਰੋਟੀ ਦੇ ਵਿੱਚ ਵੀ ਬਰਕਤ ਮਿਲੇਗੀ, ਤੇਰੇ ਪਾਣੀ ਵਿੱਚ ਵੀ ਬਰਕਤ ਮਿਲੇਗੀ, ਤੇਰੇ ਸਰੀਰ ਦੇ ਵਿੱਚ ਬਿਮਾਰੀਆਂ ਵੀ ਕੀ ਮੈਂ ਕੀ ਕਰਾਂਗਾ। ਓਕੇ, ਤੀਸਰਾ ਤੀਸਰਾ ਪੜ੍ਹੀਏ, ਤਦ ਉਸਨੇ ਉਸਨੂੰ ਯਰੂਸ਼ਲਮ ਵਿੱਚ ਲਿਜਾ ਕੇ ਹੈਕਲ ਦੇ ਕਿੰਗਰੇ ਉੱਤੇ ਖੜਾ ਕੀਤਾ ਅਤੇ ਉਹਨੂੰ ਆਖਿਆ, ਜੇ ਤੂੰ ਪਰਮੇਸ਼ਵਰ ਦਾ ਪੁੱਤਰ ਹੈ ਤਾਂ ਆਪਣੇ ਆਪ ਨੂੰ ਇੱਥੋਂ ਹੇਠਾਂ ਡੇਗ ਦੇ, ਕਿਉਂ ਜੋ ਲਿਖਿਆ ਹੈ ਕਿ ਉਹ ਆਪਣੇ ਦੂਤਾਂ ਨੂੰ ਤੇਰੇ ਲਈ ਹੁਕਮ ਦੇਵੇਗਾ ਜੋ ਤੇਰੀ ਰੱਖਿਆ ਕਰਨ। ਹੁਣ ਵੇਖੋ, ਸ਼ੈਤਾਨ ਚਲਾ ਕੇ ਇੱਕ ਪਾਸੇ ਕਹਿੰਦਾ ਛਾਲ ਮਾਰ ਕੇ, ਤੇਰੇ ਸਵਰਗ ਦੂਤ ਤੇਰੀ ਕੀ ਕਰਨ, ਉਹ ਡਿੱਗਣ ਵੀ ਦਿਆ ਤੇ ਤੁਹਾਨੂੰ ਬਚਾਉਣ ਵੀ ਕੀ ਹੈ, ਕਹਿੰਦਾ ਮਾਂ ਤੈਨੂੰ ਕੀ ਕਰ ਲੈਣਾ, ਉਹ ਸਾਡੇ ਸਾਹਮਣੇ ਆਫਰ ਵੀ ਇੱਦਾਂ ਦਿੰਦਾ, ਉਹ ਪਾਪ ਵੀ ਕਰਾ ਦਿੰਦਾ ਤੇ ਬਾਅਦ ਚ ਕਹਿੰਦਾ ਕੋਈ ਗੱਲ ਨੀ ਮਾਫ਼ੀ ਤੂੰ ਕੀ ਕਰ ਲਈ, ਉਹਨੇ ਡੇਗ ਵੀ ਡੇਗਣ ਵੀ ਕਰ ਦਿੱਤਾ, ਕਹਿੰਦਾ ਡਿੱਗ ਜਾ ਕੋਈ ਨੀ ਦੋ ਮਿੰਟਾਂ ਥੋੜੀ ਸਮਝ, ਤੂੰ ਡਿੱਗਣਾ ਤੇ ਉਸੇ ਵੇਲੇ ਸਵਰਗ ਦੂਤ ਕੀ ਹੈ। ਜਦੋਂ ਸ਼ੈਤਾਨ ਵੇਖੋ ਕੀ ਕਹਿੰਦਾ, ਕਹਿੰਦਾ ਤੂੰ ਗਲਤੀ ਕਰ ਲਾ, ਗਲਤੀ ਕਰਨ ਤੋਂ ਬਾਅਦ ਇਸ ਵਾਰ ਤੂੰ ਕੀ ਮੰਗ ਲਈ, ਉਹ ਡੇਗਦਾ ਵੀ ਆ ਤੇ ਬਾਅਦ ਚ ਮਾਫ਼ੀ ਵੀ ਕੀ ਕਹਿ ਦਿੰਦਾ, ਮੰਗ ਲਾ ਕੋਈ ਗੱਲ ਨੀ। ਹੁਣ ਕੋਈ ਬਾਈਬਲ ਦੇ ਵਿੱਚ ਲਿਖਿਆ ਕਹਿੰਦਾ ਵਚਨ ਦੇ ਵਿੱਚ ਵੇਖੋ, ਜੇ ਸ਼ੈਤਾਨ ਵਚਨ ਦੇ ਵਿੱਚੋਂ ਗੱਲਾਂ ਕਰਦਾ, ਕਹਿੰਦਾ ਤੇਰੇ ਵਚਨ ਦੇ ਵਿੱਚ ਲਿਖਿਆ ਹੋਇਆ ਕਿ ਮੈਂ ਸਵਰਗ ਦੂਤਾਂ ਨੂੰ ਤੇਰੀ ਕੀ ਕਰਾਂਗਾ। ਖੁਦਾ ਨੇ ਇੱਥੇ ਸਮਝ ਦਾ ਇਸਤੇਮਾਲ ਕਹਿੰਦਾ, ਕਹਿੰਦਾ ਬਾਈਬਲ ਦੇ ਵਿੱਚ ਇਹ ਵੀ ਗੱਲ ਲਿਖੀ ਆ ਵੀ ਬੇਸ਼ੱਕ ਬਾਈਬਲ ਵਿੱਚ ਇਹ ਗੱਲ ਲਿਖੀ ਆ ਕਿ ਤੇਰੇ ਉੱਤੇ ਕੁਛ ਇਸ ਤਰ੍ਹਾਂ ਦੀ ਪ੍ਰੋਬਲਮ ਆਏਗੀ ਤੇ ਸਵਰਗ ਦੂਤ ਤੇਰੀ ਕੀ ਕਰਨਗੇ। ਕਹਿੰਦਾ ਬਾਈਬਲ ਵਿੱਚ ਇਹ ਵੀ ਗੱਲ ਲਿਖੀ ਆ ਖੁਦਾ ਦਾ ਨਾਮ, ਇਹ ਨੀ ਲਿਖਿਆ। ਹੁਣ ਮੈਂ ਉਹੀ ਗੱਲ ਆ ਗਈ ਹੈ ਨਾ ਵੀ ਕੋਈ ਗੱਲ ਨੀ ਪਾਜੀ ਸਾਹਿਬ ਦੀ ਮਾਫ਼ ਕਰਦੇ ਜੇ, ਕੋਈ ਗੱਲ ਨੀ ਲਾ ਲਓ ਤਾਰਾ ਹੱਥ ਤੁਹਾਡੇ ਕਿਹੜਾ ਪਛਾਣ, ਇਹਦਾ ਮਤਲਬ ਇਹ ਨਹੀਂ ਵੀ ਪ੍ਰੇਅਰ ਕਰਦੇ ਆ ਤੇ ਜਿੱਥੇ ਮਰਜ਼ੀ ਜਾ ਕੇ ਪੰਗਾ ਲੈ ਲਓ, ਟ੍ਰਾਂਸਫਾਰਮ ਨੂੰ ਹੱਥ ਲਾ ਦੋ ਜਾ ਕੇ, ਸਮਝ ਕੀ ਦਿੱਤੀ ਹੋਈ ਹੈ, ਬੁੱਧ ਕੀ ਹੈ ਦਿੱਤੀ ਹੋਈ ਹੈ, ਗਿਆਨ ਖੁਦਾ ਨੇ ਸਾਨੂੰ ਕੀ ਆ ਦਿੱਤਾ ਹੋਇਆ, ਆਪਾਂ ਕੀ ਕਰਨਾ ਆ ਇਸਤੇਮਾਲ ਕਰਨਾ ਹੈ। ਬਾਈਬਲ ਦੇ ਵਿੱਚ ਲਿਖਿਆ
ਸ਼ੈਤਾਨ ਸਭ ਤੋਂ ਵੱਡਾ ਦੁਸ਼ਮਣ ਹੀ ਸਾਡੀ ਪਹਿਲੇ ਨੰਬਰ ਤੇ ਸਾਡੀ ਬੁੱਧ ਜਿਹੜੀ ਆ ਸਭ ਤੋਂ ਵੱਡੀ ਕੀ ਹੈ ਸਾਡੀ ਅਕਲ ਵਿਜ਼ਡਮ ਜਿਹੜੀ ਆ ਸਭ ਤੋਂ ਜ਼ਿਆਦਾ ਕੀ ਆ ਸਾਡੀ ਦੁਸ਼ਮਣ ਆ ਜੇ ਤੁਸੀਂ ਬੁੱਧ ਦਾ ਇਸਤੇਮਾਲ ਜਿਸ ਦਿਨ ਤੋਂ ਸਹੀ ਤਰੀਕੇ ਦੇ ਨਾਲ ਕਰਨਾ ਸਟਾਰਟ ਕਰ ਦਿੱਤਾ ਸ਼ੈਤਾਨ ਕਦੇ ਵੀ ਤੁਹਾਡੇ ਨੇੜੇ ਨਹੀਂ ਆਏਗਾ ਸ਼ੈਤਾਨ ਕਦੇ ਵੀ ਤੁਹਾਡੇ ਕੀ ਨੇੜੇ ਨਹੀਂ ਆਏਗਾ ਆਓ ਖੰਡ ਬੰਦ ਕਰੀਏ ਥੋੜਾ ਸਮਝ ਸਭ ਜਾਵੇ ਤਾਰੀਫ ਵਾਲੇ ਲੋਈ ਹਾਲੇ